जी का खालसा वाहिगुरु जी की फतेह। मैं रविंदर कौर लाल आप सारे नू आज दे लेडीज़ लाइव टॉक शो दे उपर जी आया कहती हाँ ते उम्मीद करती हाँ कि तुसी सारे जने ठीक ठाक होवोगे। पिछले हफ्ते असी गल की चिंता चिता समान है। अज का टॉपिक जड़ा है साडा थोड़ा जहा डिफरेंट है। जिमें कि तुसी सारे जने जानते हो कि बहुत सारे साढ़े परिवार के मैंबर ने जड़े क्रिसमस मना रहे हैं, बहुत सारे तकरीबन सारी साड़ी सिख कम्यूनिटी जिहड़ी है छोटे साहिबजादियां दा शहीदी पुरब जड़ा है इस वीकेंड ते मना रहे ने। सो अज इसे बारे गलबात करांगे। तुसी ऑन एयर आके साढ़े नाल इस टॉपिक ते अपने विचार सांझे कर सकते हो। तो साडा टैलीफोन नंबर है 01213801050 01 3 80 10 50। थोड़ा जिहा अज दा जिहड़ा शो है अर्ली शुरू किया गया है क्योंकि 11 बजे तो बाद इटली का जिहड़ा लाइव है वह आप सारिआं नूं दिखाया जाएगा। इस दे लई आप सारिआं तों माफ़ी चाहते हाँ जे तुहानूं थोड़ी जी भी कोई गलत फहमी हो गई होवे अज दे इस प्रोग्राम बारे। मेरा हमेशा की तरह जिवें कि साथ देने वास्ते आंदे ने पंजी गुरविंदर कौर जी वाहिगुरु जी का खालसा वाहिगुरु जी की फतेह, पंजी अमरजीत कौर जी वाहिगुरु जी का खालसा वाहिगुरु जी की फतेह। अज असीं गलबात कर रहे हाँ दो डिफरेंट हाँ जी। मैं सब तो पहला अपने जेडे वड्डे साहिबजादे हैगे आ अजीत सिंह ते जुझार सिंह जी ते छोटे साहिबजादे बाबा फतेह सिंह जोरावर सिंह ते अपने जेडे अज दा दिन आ मेरा ख्याल 24 दिसंबर अपने ब्रह्म ग्यानी संत बाबा ठाकुर सिंह होनी दमदमे टकसाल वाले आ उन्हां दा अज बरसी आ। सब तो पहला मैं हाथ जोड़ के सच्चे पातशाह के अरदास करती हूँ ते उन्हां नूं कोटन कोट प्रणाम करती हूँ शहीदां नूं। बाकी आपां जिहड़ी अज दा दिन मना रहे हैगे आ संगतां अज भी कई गुरद्वारे च वीकेंड हैगा आ सैचरडे आ ते दमदमे टकसाल दे जिहड़े हैगे आ संत बाबा ठाकुर सिंह होणा दी उन्हां दी बरसी नूं ਸੈਲੀਬ੍ਰੇਟ ਕਰਦੇ ਪਏ ਬਹੁਤ ਹਾਂਜੀ ਧੂਮਧਾਮ ਨਾਲ ਕਰਦੇ ਨੇ ਹਾਂਜੀ ਤੇ 21 ਦਸੰਬਰ ਨੂੰ ਆਪਣੇ ਵੱਡੇ ਸਾਹਿਬਜ਼ਾਦਿਆਂ ਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਹੁਣਾਂ ਦਾ ਸ਼ਹੀਦੀ ਪੁਰਬ ਸੀਗਾ ਚਮਕੌਰ ਸਾਹਿਬ ਜਿਹੜਾ ਸ਼ਹੀਦੀ ਜੋੜ ਮੇਲਾ ਲੱਗਦਾ ਹੈਗਾ ਤੇ ਆਉਣ ਵਾਲੀ 26 ਤਰੀਕ ਨੂੰ ਜਦੋਂ ਆਪਾਂ ਬੋਕਸਿੰਗ ਡੇ ਇੱਥੇ ਸੈਲੀਬ੍ਰੇਟ ਕਰਦੇ ਹਾਂ ਉਦੋਂ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਉਹਨਾਂ ਦਾ ਸ਼ਹੀਦੀ ਜੋੜ ਮੇਲਾ ਹੈਗਾ ਸਰਹੰਦ ਦਾ। ਅਤੇ ਮੈਂ ਇੱਕ ਗੱਲ ਮੇਰੇ ਦਿਮਾਗ 'ਚ ਆਉਂਦੀ ਹੁੰਦੀ ਆ ਕਿ ਅਸੀਂ ਲੋਕ ਅਸੀਂ ਆਏ ਤਾਂ ਹੈਗੇ ਹਾਂ ਠੀਕ ਆ ਅਸੀਂ ਯੂਰਪ ਕੰਟਰੀ 'ਚ ਬੈਠੇ ਹਾਂ ਪਰ ਸਾਡੇ ਜਿਨ੍ਹਾਂ ਦੇ ਸਿਰ 'ਤੇ ਸਾਡੇ ਸਿੱਖ ਧਰਮ ਦੀਆਂ ਨੀਹਾਂ ਖੜੀਆਂ ਹੋਈਆਂ ਜਿਨ੍ਹਾਂ ਦੇ ਨਾਂ ਤੋਂ ਅਸੀਂ ਆਪਣੇ ਨਾਵਾਂ ਦੇ ਪਿੱਛੇ ਸਿੰਘ ਅਤੇ ਕੋਰ ਲਾਉਂਦੇ ਹਾਂ ਜੀ ਅੱਜ ਅਸੀਂ ਉਹਨਾਂ ਦੇ ਦਿਨ ਮਨਾਉਣ ਦੀ ਖਾਤਰ ਨਾ ਮਨਾਉਂਦੇ ਹੋਏ ਅਸੀਂ ਕ੍ਰਿਸਮਸ ਨੂੰ ਦੌੜੀ ਜਾਂਦੇ ਹਾਂ ਕਿਉਂ ਸਾਨੂੰ ਸਾਡਾ ਵਿਰਸਾ ਭੁੱਲਦਾ ਜਾ ਰਿਹਾ ਅੱਜ ਅਸੀਂ ਕਿਉਂ ਨਹੀਂ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਕਿ ਸਾਡੇ ਸਿੱਖ ਧਰਮ ਦੀਆਂ ਜਿਹੜੀਆਂ ਨੀਹਾਂ ਆ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਨਾ ਤੇ ਅੱਜ ਅਸੀਂ ਨਾ ਹੁੰਦੇ ਸਾਡਾ ਇੱਥੋਂ ਨਾਮੋ ਨਿਸ਼ਾਨ ਹੀ ਨਹੀਂ ਸੀ ਹੋਣਾ ਬਿਲਕੁਲ ਬਿਲਕੁਲ ਕੋਈ ਸਿੱਖ ਨਹੀਂ ਹੋਣਾ ਸੀਗਾ ਅਸੀਂ ਕਿਉਂ ਭੁੱਲ ਰਹੇ ਹਾਂ ਸਾਡੇ ਜਿਹੜੇ ਸਿੱਖ ਧਰਮ ਦੇ ਲੋਕ ਆ ਅੱਜ ਤੁਸੀਂ ਦੇਖੋ ਜਾ ਕੇ ਤੇ ਉਹ ਮਹੀਨਾ ਪਹਿਲਾਂ ਹੀ ਨਾ ਕ੍ਰਿਸਮਸ ਕਰਦੇ ਹੋਏ ਤੇ ਆਪਣਾ ਸਾਰਾ ਉਹ ਅਰੇਂਜ ਕਰਨਾ ਸ਼ੁਰੂ ਕਰ ਦਿੰਦੇ ਆ ਗਿਫਟ ਲੈਣੇ ਸ਼ੁਰੂ ਕਰ ਦਿੰਦੇ ਆ ਕਾਰਡਸ ਕਰਨੇ ਆ ਇੱਕ ਦੂਜੇ ਨੂੰ ਸੈਲੀਬ੍ਰੇਸ਼ਨ ਦੇ ਵਾਸਤੇ ਨਾ ਪਾਰਟੀਜ਼ ਅਰੇਂਜ ਕਰਨਾ ਸ਼ੁਰੂ ਕਰ ਦਿੰਦੇ ਆ ਜੀ ਸਾਨੂੰ ਕਿਉਂ ਭੁੱਲ ਗਿਆ ਹੈਗਾ ਕਿ ਅਸੀਂ ਜੇ ਖੜੇ ਹੈਗੇ ਨਾ ਅੱਜ ਆਪਣੇ ਕਿਸੇ ਵੀ ਵਰਲਡ ਦੇ ਵਿੱਚ ਕਿਤੇ ਵੀ ਸਿੱਖ ਬੈਠਾ ਹੈ ਨਾ ਕਿਤੇ ਵੀ ਬੈਠਾ ਆ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਖਾਤਰ ਬੈਠੇ ਆ ਆਪਾਂ ਬਿਲਕੁਲ ਹਾਂਜੀ ਹਾਂਜੀ ਜੇ ਅੱਜ ਗੁਰੂ ਗੋਬਿੰਦ ਸਿੰਘ ਜੀ ਆਪਣਾ ਆਪਾ ਆਪ ਨਾ ਵਾਰਦੇ ਆਪਣੇ ਪਿਤਾ ਦਾ ਬਲੀਦਾਨ ਨਾ ਦਿੰਦੇ ਆਪਣੀ ਮਾਂ ਦਾ ਬਲੀਦਾਨ ਨਾ ਦਿੰਦੇ ਆਪਣੇ ਚਾਰੇ ਸਾਹਿਬਜ਼ਾਦਿਆਂ ਦਾ ਨਾ ਬਲੀਦਾਨ ਦਿੰਦੇ ਤੇ ਕੀ ਹੋਣਾ ਸੀ ਸੋਚ ਕੇ ਦੇਖੋ ਕੁਛ ਸਿੱਖੋ ਜਾਗੋ ਤੁਹਾਡਾ ਜਾਗਣ ਦਾ ਵੇਲਾ ਆ ਸ਼ਹੀਦਾਂ ਦੀ ਗੱਲ ਆਪਾਂ ਜੇ ਕਰੀਏ ਤਾਂ ਕਹਿੰਦੇ ਤਿੰਨਾਂ ਤੀ ਸੋਪਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਜਿਹੜੇ ਨਾਮ ਬਾਣੀ ਦੇ ਨਾਲ ਜੁੜਦੇ ਆ ਬਾਕੀਆਂ ਨੂੰ ਜੋੜਦੇ ਉਹਨਾਂ ਤਾਂ ਕਦੀ ਕੋਈ ਨਹੀਂ ਮਿਟਾ ਸਕਦਾ ਨਾ ਹੀ ਕਿਸੇ ਨੇ ਮਿਟਾ ਸਕਿਆ ਆ ਕੋਈ ਤੁਸੀਂ ਦੇਖੋ ਰਾ ਕਿੰਨੇ ਪਹਿਲੀ ਪਾਤਸ਼ਾਹੀ ਨੂੰ ਲੋਕਾਂ ਨੇ ਪੂਤਨਾ ਕਿਹਾ
ਬਤਾਲਾ ਕਿਹਾ ਠੀਕ ਹੈ ਨਾ ਉਹਨਾਂ ਦੀ ਪਛਾਣ ਨਹੀਂ ਹੋਈ ਉਸ ਤੋਂ ਬਾਅਦ ਹੁਣ ਤੱਕ ਜਿੰਨੇ ਵੀ ਆਪਣੇ ਸੰਤ ਸਿਪਾਹੀ ਵੀ ਆਏ ਆ ਉਹਨਾਂ ਦੀ ਕਿਸੇ ਨੇ ਪਛਾਣ ਨਹੀਂ ਕੀਤੀ ਜੇ ਕੀਤੀ ਆ ਤੇ ਕਿਸੇ 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 ਨੇ ਜਿਹੜਾ ਕਹਿੰਦੇ ਕਹਿੰਦੇ ਹੀ ਜਿਹੜਾ ਜੋਰੀ ਹੁੰਦਾ ਉਹੀ ਹੀਰੇ ਦੀ ਪਛਾਣ ਕਰਦਾ ਆ ਠੀਕ ਹੈ ਨਾ ਬਾਕੀ ਮੈਂ ਇਹਨਾਂ ਨੂੰ ਜਿਹੜੇ ਆਪਣੇ ਚਾਰ ਸਾਹਿਬਜ਼ਾਦੇ ਆ ਉਹਨਾਂ ਨੂੰ ਅਤੇ ਆਪਣੇ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਉਹਨਾਂ ਨੂੰ ਫਿਰ ਦੁਬਾਰਾ ਤੋਂ ਕੋਟਨ ਕੋਟ ਪ੍ਰਣਾਮ ਕਰਦੀਆਂ ਸ਼ਹੀਦਾਂ ਦੀ ਸ਼ਹੀਦਾਂ ਨੂੰ ਜਿਹੜੀ ਸ਼ਰਧਾਂਜਲੀ ਸਾਡੇ ਵੱਲੋਂ ਜਿਹੜਾ ਅਸੀਂ ਲੇਡੀਜ਼ ਲਾਈਵ ਟੋਕ ਸ਼ੋ ਆ ਉਹਨਾਂ ਵੱਲੋਂ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਬਿਲਕੁਲ ਹਾਂਜੀ ਜਿਵੇਂ ਕਿ ਭੈਣ ਜੀ ਗੁਰਵਿੰਦਰ ਕੌਰ ਉਹਨਾਂ ਨੇ ਥੋੜ੍ਹਾ ਜਿਹਾ ਸਾਨੂੰ ਕੰਪੇਅਰ ਕਰਕੇ ਵੀ ਦੱਸਿਆ ਕਿ ਅਸੀਂ ਕਿਵੇਂ ਜਸਟ ਕ੍ਰਿਸਮਸ ਕ੍ਰਿਸਮਸ ਕਰਦੇ ਹੋਏ ਅਸੀਂ ਕ੍ਰਿਸਮਸ ਨੂੰ ਮਨਾਉਂਦੇ ਹਾਂ ਔਰ ਆਪਣੇ ਜਿਹੜੇ ਸਾਡੇ ਆਪਣੇ ਦਿਨ ਨੇ ਆਪਣੇ ਜਿਹੜੇ ਤਿਉਹਾਰ ਨੇ ਰਿਲੀਜੀਅਸ ਦਿਨ ਨੇ ਜਿਹੜੇ ਅਸੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਸਾਡੇ ਆਪਣੇ ਬੱਚਿਆਂ ਦੇ ਵਿੱਚ ਉਹਨਾਂ ਨੂੰ ਨਹੀਂ ਦੱਸ ਰਹੇ ਆਪਾਂ ਸਿਰਫ ਇੱਕ ਪੇਟ ਚਾਲ ਵਾਂਗ ਗੋਰਿਆਂ ਦੇ ਮਗਰ ਲੱਗ ਕੇ ਸਿਰਫ ਕ੍ਰਿਸਮਸ ਦਾ ਦਿਹਾੜਾ ਜਿਹੜਾ ਹੈ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਜਾ ਰਹੇ ਹਾਂ ਠੀਕ ਹੈ ਜਦੋਂ ਅਸੀਂ ਸੋਸਾਇਟੀ 'ਚ ਰਹਿੰਦੇ ਹਾਂ ਕੁਛ ਦਿਨ ਨੇ ਜਿਹੜੇ ਸਾਨੂੰ ਉਹਨਾਂ ਦੇ ਨਾਲ ਰਹਿ ਕੇ ਸੈਲੀਬ੍ਰੇਟ ਕਰਕੇ ਖੁਸ਼ੀ ਵੀ ਪ੍ਰਗਟ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਵੈਸੇ ਵੀ ਮੰਨੇ ਗਏ ਹਾਂ ਕਿ ਹਰ ਇੱਕ ਜਿੰਨੇ ਵੀ ਪੰਜਾਬੀ ਨੇ ਕਿ ਹਰ ਇੱਕ ਖੁਸ਼ੀ ਦੇ ਵਿੱਚ ਆਪਣੀ ਖੁਸ਼ੀ ਜਿਹੜੇ ਪ੍ਰਗਟਾਉਣ ਦੇ ਵਿੱਚ ਸਭ ਤੋਂ ਮੋਹਰੇ ਨੇ ਸਭ ਤੋਂ ਅੱਗੇ ਨੇ ਕਰਨੀ ਚਾਹੀਦੀ ਹੈ ਅਸੀਂ ਨਹੀਂ ਕਹਿੰਦੇ ਕਿ ਨਹੀਂ ਕਰਨੀ ਚਾਹੀਦੀ ਪਰ ਆਪਣੇ ਜਿਹੜੇ ਦਿਨ ਨੇ ਉਹਨਾਂ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਸਾਨੂੰ ਉਹਨਾਂ ਨੂੰ ਵੀ ਬੱਚਿਆਂ ਦੇ ਵਿੱਚ ਉਨਾ ਹੀ ਉਤਸ਼ਾਹ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਉਹਨਾਂ ਦਿਨਾਂ ਦੀ ਵੀ ਵੇਟ ਕਰਨ ਕਿ ਹਾਂ ਅੱਜ ਹੁਣ ਇਹ ਦਿਹਾੜਾ ਆਉਣ ਵਾਲਾ ਹੈ ਸਾਡੇ ਬੱਚਿਆਂ ਨੂੰ ਵਿਸਾਖੀ ਦਾ ਥੋੜ੍ਹਾ ਜਿਹਾ ਪਤਾ ਹੈ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦਾ ਥੋੜ੍ਹਾ ਜਿਹਾ ਪਤਾ ਹੋਵੇਗਾ ਪਰ ਬਾਕੀ ਵੀ ਜੇ ਅਸੀਂ ਦਿਨਾਂ ਬਾਰੇ ਦੱਸੀਏ ਤਾਂ ਉਹਨਾਂ ਨੂੰ ਜ਼ਰੂਰ ਪਤਾ ਲੱਗੇਗਾ ਉਹਨਾਂ ਦੇ ਵਿੱਚ ਜੇ ਕੋਈ ਅਸੀਂ ਐਕਸਾਈਟਮੈਂਟ ਕ੍ਰੀਏਟ ਕਰੀਏ ਉਹਨਾਂ ਦੇ ਲਈ ਤਾਂ ਸ਼ਾਇਦ ਉਹਨਾਂ ਨੂੰ ਜਿਹੜੀ ਹੈ ਉਸਦੀ ਸਮਝ ਬਹੁਤ ਹੀ ਛੇਤੀ ਆ ਜਾਵੇਗੀ ਭੈਣ ਜੀ ਅਮਰਜੀਤ ਕੌਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਆਪਾਂ ਕ੍ਰਿਸਮਸ ਵੀ ਮਨਾਉਂਦੇ ਇਹ ਵੀ ਸਿਰਫ ਪ੍ਰੇਜੈਂਟ ਹੀ ਆ ਇੱਥੇ ਤੀਕਰ ਗੱਲ ਆ ਪ੍ਰੇਜੈਂਟ ਲੈ ਲੈ ਪ੍ਰੇਜੈਂਟ ਦੇ ਤੇ ਕਿਉਂ ਆਪਾਂ ਜਿਹੜੇ ਆਪਣੇ ਜਦੋਂ ਛੋਟੇ ਸਾਹਿਬਜ਼ਾਦੇ ਆ ਸ਼ਹੀਦ ਹੁੰਦੇ ਆ ਜਾਂ ਆਪਣਾ ਕੋਈ ਵੀ ਗੁਰਪੁਰਬ ਆਉਂਦਾ ਆ ਜਿਹੜਾ ਆਪਾਂ ਹੁਣ ਇੰਨਾ ਜ਼ੋਰ ਲਾਉਂਦੇ ਆ ਉਹ ਕਿਉਂ ਨਹੀਂ ਆਪਾਂ ਉਸ ਉਹਨਾਂ ਦਿਨਾਂ ਨੂੰ ਵੀ ਮਨਾਵੋ ਤੇ ਨਾਲੇ ਉਸੇ ਟਾਈਮ ਤੇ ਵੀ ਆਪਾਂ ਕਰ ਸਕਦੇ ਹਾਂ ਇੱਦਾਂ ਦੇ ਹਾਂਜੀ ਤੇ ਇਹ ਜਿਹੜੇ ਦੇਣ ਲੈਣੇ ਆ ਉਦੋਂ ਕਰਨੇ ਚਾਹੀਦੇ ਆ ਤੇ ਜਿਹੜੇ ਆਪਾਂ ਇਹ ਸਿਰਫ ਦੇਣ ਲੈਣ ਦਾ ਵਿਹਾਰ ਤੱਕ ਰਹਿ ਗਏ ਆ ਬਿਲਕੁਲ ਬਿਲਕੁਲ ਆਪਾਂ ਇਸੇ ਤੇ ਵਾਪਸ ਆਉਂਦੇ ਸਾਡੇ ਕੋਲ ਪਹਿਲੇ ਕਾਲਰ ਆ ਚੁੱਕੇ ਨੇ ਉਹਨਾਂ ਨਾਲ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਰਵਿੰਦਰ ਕੌਰ ਜੀ ਤੇ ਗੁਰਿੰਦਰ ਕੌਰ ਜੀ ਤੁਹਾਨੂੰ ਤੇ ਤੁਹਾਡੇ ਅਦਾਰੇ ਨੂੰ ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਬੀਬੀ ਜੀ ਠੀਕ ਹੋ ਬਿਲਕੁਲ ਠੀਕ ਹੈ ਭਾਈ ਸਾਹਿਬ ਜੀ ਆਪ ਜੀ ਨੂੰ ਜੀ ਆਇਆ ਤੁਸੀਂ ਕਿਵੇਂ ਠੀਕ ਹੋ ਬੇ ਚੜ੍ਹਦੀ ਕਲਾ ਬਿਲਕੁਲ ਚੜ੍ਹਦੀ ਕਲਾ ਭਾਈ ਆ ਸਾਰਾ ਮਹੀਨਾ ਅਸੀਂ ਤਾਂ ਸ਼ਹਾਦਤਾਂ ਮਨਾਉਣੀਆਂ ਨੇ ਸ਼ਹੀਦਾਂ ਦੀਆਂ ਕਿਉਂਕਿ ਅਸੀਂ ਕਿਉਂਕਿ ਸਾਡਾ ਫਰਜ਼ ਧਰਮ ਕਰਮ ਬਣਦਾ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਹਾਂ ਹਾਂਜੀ ਹੈ ਨਾ ਜੀ ਬਿਲਕੁਲ ਮੈਂ ਤੇ ਬਹੁਤਾ ਸਮਾਂ ਲੈਣ ਤੋਂ ਗੁਰੇਜ਼ ਕਰਦਾ ਹੁੰਦਾ ਤੇ ਮੈਂ ਅੱਜ ਦੇ ਦਿਹਾੜੇ ਭਾਈ ਜੀਵਨ ਸਿੰਘ ਜਿਹੜੇ ਜੈਤਾ ਜੀ ਸਨ ਨਾ ਜਿਹੜੇ ਗੁਰੂ ਤੇਗ ਬਹਾਦਰ ਜੀ ਦਾ ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਗਏ ਸੀ ਆਨੰਦਪੁਰ ਅੱਜ ਉਹਨਾਂ ਦੇ ਵੀ ਸ਼ਹੀਦੀਪੁਰ ਉਹਨਾਂ ਨੂੰ ਵੀ ਆਪਾਂ ਯਾਦ ਰੱਖਣਾ ਬਿਲਕੁਲ ਬਿਲਕੁਲ ਉਹਨਾਂ ਨੂੰ ਵੀ ਯਾਦ ਉਹਨਾਂ ਨੂੰ ਵੀ ਮਹਾਰਾਜ ਨੇ ਗੁਰੂ ਰੰਗਰੇਟੇ ਗੁਰੂ ਕੇ ਬੇਟੇ ਕਰਕੇ ਉਹਨਾਂ ਨੂੰ ਨਵਾਜਿਆ ਭਾਈ ਸਾਹਿਬ ਜੀ ਉਹਨਾਂ ਨੂੰ ਭਾਈ ਜੈਤਾ ਜੀ ਵੀ ਆਪਾਂ ਕਹਿੰਦੇ ਸੀ ਹਨਾ ਹਾਂਜੀ ਜੀ ਨਾ ਬਾਅਦ ਚ ਅੰਮ੍ਰਿਤ ਪਾਨ ਕਰਕੇ ਉਹ ਜੀਵਨ ਸਿੰਘ ਹੋ ਗਏ ਸਨ ਹਾਂਜੀ ਹਾਂਜੀ ਨਹੀਂ ਮੈਂ ਮੈਨੂੰ ਤਾਂ ਥੋੜਾ ਇੰਨਾ ਸੀਗਾ ਭਾਈ ਜੈਤਾ ਜੀ ਆਪਾਂ ਕਹਿੰਦੇ ਸੀਗੇ ਨਹੀਂ ਉਹ ਨਾਂ ਜਿਹੜਾ ਪੱਕ ਜਾਂਦਾ ਹੁਣ ਜਿਵੇਂ ਸੱਜਣ ਠਾਗਵਾ ਹਾਂਜੀ ਹੁਣ ਗੁਰੂ ਪਾਤਸ਼ਾਹ ਨਾਲ ਜਦੋਂ ਭੇਟ ਹੋਈ ਆ ਉਹ ਠੱਗ ਤੋਂ ਸੱਜਣ ਬਣ ਗਿਆ ਤੇ ਉਹਦੇ ਪ੍ਰਚਾਰਕ ਵੀ ਬਣਿਆ ਸਿੱਖ ਧਰਮ ਦਾ ਪਰ ਅੱਜ ਤੱਕ ਉਹਨੂੰ ਸੱਜਣ ਠੱਗੇ ਕਹੀ ਜਾਂਦੇ ਨੇ ਸਮਝ ਗਏ ਨਾ ਇਹ ਬੜੀਆਂ ਡੂੰਘੀਆਂ ਬਰੀਕ ਚੀਜ਼ਾਂ ਨੇ ਟੈਕਨੀਕਲ ਚੀਜ਼ਾਂ ਇਹਨਾਂ ਵੱਲ ਖਿਆਲ ਰੱਖਣਾ ਚਾਹੀਦਾ ਪਰ ਜਿਹੜਾ ਨਾਂ ਪੱਕ ਜਾਏ ਉਹ ਚੱਲਦਾ ਰਹਿੰਦਾ ਹੈਨਾ ਜੀ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਚਾਰ ਨਾਂ ਨੇ ਲੇਕਿਨ ਬੰਦਾ ਬਹਾਦਰ ਦੇ ਨਾਲ ਮਸ਼ਹੂਰ ਹੋਏ ਜਦੋਂ ਉਹਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਦੇ ਨਾਂ ਗੁਰਬਖਸ਼ ਸਿੰਘ ਸੀ ਫਿਰ ਜੀ 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 ਇਸ ਤਰ੍ਹਾਂ ਤੇ ਮੈਂ ਲਓ ਬੀਬੀ ਰਵਿੰਦਰ ਜੀ ਮੈਂ ਤੇ ਸ਼ਰਧਾ ਦੇ ਫੁੱਲ ਦੇਣੇ ਭੇਟ ਕਰਨੇ ਆਪਾਂ ਭਾਈ ਤੇ ਮੈਂ ਚਮਕੌਰ ਦੀ ਗੜੀ ਤੇ ਇੱਕ ਮੈਂ ਸ਼ੇਰ ਪੜ੍ਹਨਾ ਤੇ ਫਿਰ ਮੈਂ ਰੰਗਰੇਟੇ ਗੁਰੂ ਕੇ ਬੇਟੇ ਦੇ ਇੱਕ ਸ਼ੇਰ ਪੜ੍ਹ ਕੇ ਤੁਹਾਡੇ ਕੋਲੋਂ ਖੇਮਾ ਜਾਚਣਾ ਬਿਲਕੁਲ ਜੀ ਭਾਈ ਸਾਹਿਬ ਜੀ ਹਾਂਜੀ ਚਮਕੌਰ ਦੀ ਗੜੀ ਨੂੰ ਪਹਿਲਾਂ ਉਹਦੇ ਵਾਸਤੇ ਇੱਕ ਸ਼ੇਰ ਆ ਜਿੱਥੇ ਬੜਾ ਕੁਝ ਹੋਇਆ ਮੈਂ ਬਹੁਤ ਲੰਮਾ ਨਹੀਂ ਜਾਣਾ ਕਹਿੰਦਾ ਆਲੀ ਸ਼ਾਨ ਇਤਿਹਾਸ ਦੀ ਕਰ ਸਿਰਜਣਾ ਜੀ ਆਲੀ ਸ਼ਾਨ ਇਤਿਹਾਸ ਦੀ ਕਰ ਸਿਰਜਣਾ ਕਾਰਜ ਧਰਮ ਦਾ ਇਸ ਮਹਾਨ ਕਰਿਆ ਇਹਦੇ ਜਿਹਾ ਨਾ ਅੱਜ ਕੋਈ ਤੀਰਥ ਤੀਰਥਾਂ ਨਾਲ ਹੈ ਭਾਵੇਂ ਜਹਾਨ ਭਰਿਆ ਇਹਦੋਂ ਵੱਡਾ ਤੀਰਥ ਕੋਈ ਨਹੀਂ
आली शान इतिहास दी कर सिरजना कार्य धर्म दा इस महान करिया ओए जिहा ना अज कोई तीर्थ तीर्था नाल है भावे जहान भरिया कहिंदा अपनी अखीं डिठा धर्म युद्ध सारा अपनी अखीं डिठा धर्म युद्ध सारा धर्म अधर्म दी वाह वाह पहचान कीती ओए फुल शरदा दे भेट करे भुगल खालसा पंथ दी उच्ची शान कीती फुल शरदा दे भेट करे भुगल खालसा पंथ दी उच्ची शान कीती यारो खालसा पंथ दी उच्ची शान कीती। ते दूसरा शेर अर्जा बीबी रविंदर जी जी पाई साहब जी कहंदा जिना अपने गुरु दा हुकम प्रवान कीता जी जिना अपने गुरु दा हुकम प्रवान कीता विश्वास उना दा लोका बेमिसाल डिठा किमे राम दास ते राय तो सिंह सजे गुरु कलगी तरदा उना कमाल डिठा। जिना अपने गुरु दा हुकम प्रवान कीता विश्वास उना दा लोका बेमिसाल डिठा ओए किमे राम दास ते राय तो सिंह सजे गुरु कलगी धरदा उना कमाल डिठा। कहंदा जिना दा मानवता दी मंडी च नहीं सी मुल कोई जिना दा मानवता दी मंडी च नहीं सी मुल कोई ओही रंगरेटे गुरु के बेटे अखवाए वेखो पेट प्रस्ती तो कोहां परे रह के सीस पंथ दे लेखे उना लाए देखो यारो सीस पंथ दे लेखे उना लाए वेखो। बहुत वधिया जगों बारा खासा है खालसे दा आखिरी शेर अभी रविंदर जी 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 जगों बारा खासा है खालसे दा ताइयों करनिया एदियां नियारियां ने ओए हक सच इंसाफ ले सदा जूझे भावे सीस ते चलिया आरिया ने जगों बारा खासा है खालसे दा ताइयों करनिया एदियां नियारियां ने ओए हक सच इंसाफ ले सदा जूझे भावे सीस ते चलिया आरिया ने। कहंदा देश कौम दी बिगड़ी बना छड़ी देश कौम दी बिगड़ी बना छड़ी इना अमर धारियां पर उपकारियां ने ओए सिर दिते बिना जरा सोच भोगल किथे मिलदियां भला सरदारियां ने। बहुत वधिया देश कौम दी बिगड़ी बना छड़ी इना अमृत धारियां पर उपकारियां ने ओए सिर दिते बिना जरा सोच भुगल किथे मिलदियां भला सरदारियां ने यारो किथे मिलदियां भला सरदारियां ने। बहुत वधिया बीबी जी तुहानू दोनों नू एक बारी फेर ते तुहाडे दर्शकां नू गुरदेव सिंह भोगल वल्लों वाहिगुरु जी का खालसा वाहिगुरु जी की फतेह वाहिगुरु जी की फतेह। धन्यवाद भाई साहब जी ये सन मेरे वीर जी गुरदेव सिंह भोगल जी पीटरबरो तो आप जी ते असीं बहुत बहुत धन्यवादी हाँ भाई साहब जी तुसीं बहुत ही वधिया जे सोहणे जे तरीके दे नाल जिहड़ा है वो अपनी हर एक प्रोग्राम दे विच हर एक टॉपिक दे विच अपना हिस्सा पा जांदे हो सो आप जी का बहुत बहुत धन्यवाद। साडे कोल अगले कॉलर आ चुके ने वाहिगुरु जी का खालसा वाहिगुरु जी की फतेह ਹੋਰ ਅੱਜ ਮੈਂ ਇਟਲੀ ਤੋਂ ਬੋਲਦੀ ਬਲਵੀਰ ਕੌਰ ਜੀ ਹਾਂਜੀ ਹਾਂਜੀ ਬਿਲਕੁਲ ਪਤਾ ਲੱਗ ਗਿਆ ਮੈਨੂੰ ਹਾਂਜੀ ਹਾਂਜੀ ਮੈਨੂੰ ਪਤਾ ਲੱਗ ਗਿਆ ਸੀ ਭੈਣ ਜੀ ਅੱਛਾ ਜੀ ਬਹੁਤ ਮਿਹਰਬਾਨੀ ਜੀ ਹਾਂਜੀ ਆਵਾਜ਼ ਪਛਾਣਨ ਲੱਗ ਗਏ ਜੀ ਲੱਗੇ ਹਾਂਜੀ ਅੱਜ ਸਾਨੂੰ ਦੋ ਤਿੰਨ ਮਿੰਟ ਦਿਓ ਬੱਚਿਆਂ ਦੀ ਕਵਿਤਾ ਸੁਣਾਉਣੀ ਆ ਜਦੋਂ ਦੀਵਾਰ ਤੇ ਹੈ ਜੀ ਛੋਟੇ ਨਾਲ 7th ਦੀ ਦੀਵਾਰ ਵੀ ਸਵਾਲ ਪੁੱਛਦੀ ਉਸ ਟਾਈਮ ਜਦੋਂ ਸ਼ਹੀਦ ਹੋਏ ਉਸ ਤੋਂ ਬਾਅਦ ਕਵਿਤਾ ਤੇ ਦੋਵੇਂ ਬੱਚੇ ਹਰਮੀਤ ਸਿੰਘ ਤੇ ਤਰਨਜੀਤ ਸਿੰਘ ਦੀ ਕਵਿਤਾ ਹੈ ਉਸ ਤੋਂ ਬਾਅਦ ਮੈਨੂੰ ਮੈਡਮ ਜੀ ਦੋ ਕੁ ਮਿੰਟ ਗੱਲ ਜ਼ਰੂਰ ਕਰਾਏ ਤੁਹਾਡੇ ਨਾਲ ਕਰਨੀ ਹੈ ਜ਼ਰੂਰ ਜੀ ਜ਼ਰੂਰ ਜੀ ਬਹੁਤ ਮਿਹਰਬਾਨੀ ਧੰਨਵਾਦ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲਾ ਜੀ ਉਲਵਾਸ ਦੀਵਾਰ ਪਛੜੀ ਤੁਸੀਂ ਕਿਸੇ ਬੜੀ ਜੈ ਜਾਏ ਲਾਲਾ ਰੂ ਦੀਵਾਰ ਪਛੜੀ ਤੁਸੀਂ ਕਿਸੇ ਬੜੀ ਜੈ ਜਾਏ ਟਿੱਡਾ ਕੋ ਕਾਲੇ ਜਾਇਓ ਸਦਾ ਜਿਨਾਨੀਆਂ ਤੇ ਚਪੋਤਾ ਜਣਵਾ ਦਾ ਤਨ ਹੌਸਲਾ ਗੇ
ਕੇਸਾਂ ਉੱਤੇ ਹੱਥ ਵੇ ਗਏ ਪਤੇ ਸਿੰਘ ਨੂੰ ਜਲਾ ਦੇਦਾ ਕਹਿੰਦਾ ਚੰਨਾ ਤੂੰ ਤਾਂ ਛੁੱਪ ਚੱਲਿਆ ਰਦਾਇਆ ਕਰੀ ਲਗਾ ਛੋਟੇ ਸਾਹਿਬਜ਼ਾਦਿਆਂ ਦੇ ਇਹਨਾਂ ਤੋਂ ਪ੍ਰੋਗਰਾਮ ਲਗਵਾਉਣਾ ਆ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਇਹ ਅਨਾਉਂਸਮੈਂਟ ਜ਼ਰੂਰ ਕਰਿਓ ਵੀ ਜੋ ਕੋਈ ਵੀ ਇਟਲੀ ਦਾ ਜਾਣਾ ਚਾਹੁੰਦਾ ਉੱਥੇ ਸਾਂਦੀ ਫਾਚੋ ਬੱਚਿਆਂ ਦਾ ਪ੍ਰੋਗਰਾਮ ਸੁਣਨਾ ਚਾਹੁੰਦਾ ਚਾਹਵਾਨ ਹੋਣ ਤੇ ਜ਼ਰੂਰ ਪਹੁੰਚਣ ਤੇ ਮੈਂ ਇੱਕ ਵਾਰੀ ਫਿਰ ਸ਼ਰਧਾਂਜਲੀ ਦਿੰਦੀ ਹਾਂ ਛੋਟੇ ਸਾਹਿਬਜ਼ਾਦਿਆਂ ਤੇ ਵੱਡੇ ਸਾਹਿਬਜ਼ਾਦਿਆਂ ਸ਼ਹੀਦੀ ਦੇ ਉੱਤੇ ਤੇ ਬਹੁਤ ਬਹੁਤ ਧੰਨਵਾਦ ਜੀ। ਓਕੇ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੇਰੇ ਭੈਣ ਜੀ ਬਲਵੀਰ ਕੌਰ ਜੀ ਇਟਲੀ ਤੋਂ ਔਰ ਉਹਨਾਂ ਦੇ ਦੋਨੋਂ ਛੋਟੇ ਛੋਟੇ ਬੱਚੇ ਹਰਮੀਤ ਸਿੰਘ ਜੀ ਅਤੇ ਤਰਨਜੀਤ ਸਿੰਘ ਜੀ। ਔਰ ਭੈਣ ਜੀ ਉਹਨਾਂ ਨੇ ਐਕਸਪਲੇਨ ਕੀਤਾ ਹੈ ਜਿਵੇਂ ਕਿ ਸਾਰੇ ਹੀ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਕਿ ਬੱਚੇ ਜਿਹੜੇ ਨੇ ਉਹ ਗੁਰਦੁਆਰਾ ਇਟਲੀ ਇਟਲੀ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉੱਥੇ ਪਰਫੋਰਮ ਕਰਨਗੇ। ਉਹ ਸਟੇਜ ਦੇ ਉੱਪਰੋਂ ਆਪਣੇ ਜਿਹੜੀਆਂ ਕਵਿਤਾਵਾਂ ਉਹ ਸੁਣਾਉਣਗੇ ਔਰ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਉੱਥੇ ਹੁੰਮ ਹੁਮਾ ਕੇ ਪਹੁੰਚਣਾ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਹਿੱਸਾ ਪਾਉਣਾ ਹੈ। ਸੋ ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ ਉਹਨਾਂ ਦੇ ਨਾਲ ਆਪਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੈਨਲ ਤੇ ਗੱਲਬਾਤ ਕਰ ਰਹੇ ਹੋ ਜੀ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਔਰ ਅਨੇਕਾਂ ਸ਼ਹੀਦ ਜੀ ਇਹਨਾਂ ਸਾਰੇ ਸ਼ਹੀਦਾਂ ਨੂੰ ਮੈਂ ਕੋਟਾਨ ਕੋਟ ਪ੍ਰਣਾਮ ਕਰਦੀ ਹਾਂ ਤੇ ਜੋ ਅੱਜ ਇਸ ਵਿਸ਼ੇ ਤੇ ਜੋ ਕਿ ਕ੍ਰਿਸਮਸ ਸਾਰੇ ਹੀ ਮਨਾ ਰਹੇ ਹਨ ਆਪਣੇ ਸ਼ਹੀਦਾਂ ਨੂੰ ਤਾਂ ਕੋਈ ਯਾਦ ਹੀ ਨਹੀਂ ਕਰ ਰਿਹਾ ਇਸੇ ਤੇ ਮੈਂ ਇੱਕ ਛੋਟਾ ਜਿਹਾ ਸ਼ੇਅਰ ਬੋਲਣਾ ਚਾਹੁੰਦੀ ਹਾਂ। ਜ਼ਰੂਰ ਜੀ। ਮੈਰੀ ਕ੍ਰਿਸਮਸ ਕਰਦੇ ਨੇ ਸਭ ਪਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾ ਕਿਸੇ ਯਾਦ ਕੀਤੀ ਦੋ ਹੰਝੂ ਕੇਰ ਲਵੋ ਉਹਨਾਂ ਨੂੰ ਯਾਦ ਕਰਕੇ ਜਾਨ ਜਿਨ੍ਹਾਂ ਨੇ ਸਾਡੇ ਲਈ ਕੁਰਬਾਨ ਕੀਤੀ ਬਹੁਤ ਵਧੀਆ। ਮੈਂ ਤੇ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਸਿੱਖ ਕੌਮ ਨੂੰ ਜਗਾਓ ਪਲੀਜ਼ ਸਿੱਖ ਕੌਮ ਨੂੰ ਜਗਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਨ ਮੇਰੇ ਭੈਣ ਜੀ ਹਰਜੀਤ ਕੌਰ ਜੀ ਡਰਪੀ ਤੋਂ ਔਰ
ਦੋ ਹੀ ਲਾਈਨਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸਾਰਾ ਹੀ ਨਿਚੋੜ ਜਿਹੜਾ ਹੈ ਉਹ ਪ੍ਰੋਗਰਾਮ ਦਾ ਕੱਢ ਕੇ ਗਏ ਨੇ ਔਰ ਬਹੁਤ ਹੀ ਵਧੀਆ ਜਿਹੇ ਤਰੀਕੇ ਨਾਲ ਉਹਨਾਂ ਨੇ ਸਭ ਕੁਝ ਕਹਿ ਦਿੱਤਾ ਸਾਡਾ ਜਿਹੜਾ ਅੱਜ ਦਾ ਆਪਾਂ ਚਲਾ ਰਹੇ ਹਾਂ ਨਾ ਪ੍ਰੋਗਰਾਮ ਟੌਪਿਕ ਜਿਹੜਾ ਰੱਖਿਆ ਸੀ ਵੀ ਅਸੀਂ ਕ੍ਰਿਸਮਿਸ ਦੇ ਪਿੱਛੇ ਜੇ ਜਾਂਦੇ ਹਾਂ ਨਾ ਅਤੇ ਅਸੀਂ ਜਿਹੜੇ ਸਾਡੇ ਹੁਣ ਮੈਨੂੰ ਭਾਈ ਸਾਹਿਬ ਆਪਣੇ ਜਿਹੜੇ ਭੋਗਲ ਸਾਹਿਬ ਹੈਗੇ ਆ ਮੈਂ ਇੱਥੋਂ ਉਹਨਾਂ ਨੇ ਜਿੱਦਾਂ ਕਿਹਾ ਭਾਈ ਜਿਹੜੇ ਜੀਵਨ ਸਿੰਘ ਹੋਣੇ ਉਹਨਾਂ ਦਾ ਵੀ ਅੱਜ ਹੈਗਾ ਸ਼ਹੀਦੀ ਦਿਹਾੜਾ ਅਤੇ ਆਪਾਂ ਸ਼ਾਇਦ ਭੈਣ ਜੀ ਉਹਨਾਂ ਆਪਣੇ ਆਂਟੀ ਉਹਨਾਂ ਨੂੰ ਪਤਾ ਹੋਣਾ ਆ ਭਾਈ ਜੈਤਾ ਜੀ ਜਿਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚੱਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਲਿਆਂਦਾ ਸੀਗਾ ਨਾ ਦਿੱਲੀ ਦਿੱਲੀ ਤੋਂ ਤੇ ਉਹਨਾਂ ਨੇ ਫਿਰ ਗਲੇ ਨਾਲ ਲਾਇਆ ਸੀ ਤੇ ਕਹਿੰਦੇ ਸੀ ਕਿ ਰੰਗਰੇਟਾ ਗੁਰੂ ਕਾ ਬੇਟਾ ਠੀਕ ਹੈ ਨਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਸ਼ਹੀਦਾਂ ਦਾ ਵੀ ਆਹ ਸਾਰਾ ਮਹੀਨਾ ਸ਼ਹੀਦਾਂ ਦਾ ਹੀ ਆ ਉਹਨਾਂ ਦੀਆਂ ਆਪਾਂ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਯਾਦ ਕਰਨਾ ਸਾਡੇ ਲਈ ਬਹੁਤ ਜਿਹੜਾ ਇੰਪੋਰਟੈਂਟ ਹੈਗਾ ਆ ਜੇ ਅਸੀਂ ਦੇਖਿਆ ਜਾਵੇ ਤਾਂ ਜੇ ਅਸੀਂ ਅੱਜ ਅਸੀਂ ਬੈਠੇ ਹਾਂ ਇੱਥੇ ਸਿਰਫ ਤੇ ਸਿਰਫ ਸ਼ਹੀਦਾਂ ਦੀ ਸ਼ਹਾਦਤ ਖਾਤਰ ਪ੍ਰੋਗਰਾਮ ਬਹੁਤ ਵਧੀਆ ਜੀ ਤੁਹਾਡਾ ਧੰਨਵਾਦ ਭਾਜੀ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ ਜੀ ਤੁਹਾਨੂੰ ਥੈਂਕ ਯੂ ਭਾਜੀ ਭਾਜੀ ਚਮਕੌਰ ਸਾਹਿਬ ਦੀਆਂ ਗੱਲਾਂ ਸੁਣ ਕੇ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਮੈਂ ਉੱਥੇ 5 ਸਾਲ ਸਕੂਲ ਚ ਪੜਿਆ ਜੀ ਚਮਕੌਰ ਸਾਹਿਬ ਗੁਰਦੁਆਰੇ ਦੇ ਸਾਹਿਬ ਮੂਹਰੇ ਖਾਲਸਾ ਸਕੂਲ ਹੈ ਜੀ 5 ਸਾਲ ਮੈਂ ਉੱਥੇ ਪੜਿਆ ਜੀ ਬਹੁਤ ਮਨ ਨੂੰ ਸ਼ਾਂਤੀ ਹੋਈ ਦੇਖ ਕੇ ਜੀ ਸਾਰਾ ਕੁਛ ਭਾਜੀ ਕਦੀ ਯਾਦ ਨੀ ਆਈ ਉੱਥੇ ਜਿਹੜੇ ਜਿੱਦਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਵੱਡੇ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥੀ ਤੋਰਿਆ ਉਹਨਾਂ ਨੂੰ ਹਾਂਜੀ ਹਾਂਜੀ ਛੋਟੇ ਛੋਟੇ ਹੁੰਦੇ ਉੱਥੇ ਪੜੇ ਆ ਜੀ ਉੱਥੇ ਦੁਪਹਿਰ ਨੂੰ ਜੀ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਕਰਦੇ ਦੇਰ ਦੀ ਛੁੱਟੀ ਨੂੰ ਜੀ ਬਹੁਤ ਯਾਦ ਆਉਂਦੀ ਹੈ ਜੀ ਆਪ ਜੀ ਆਪਣਾ ਨਾਮ ਦੱਸੋ ਭਾਈ ਸਾਹਿਬ ਜੀ ਦੱਸੋ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮੈਂ ਭੁਪਿੰਦਰ ਸਿੰਘ ਬੋਲਦਾ ਜੀ ਸਾਊਥਹੈਂਪਟਨ ਤੋਂ ਜੀ ਆਪ ਜੀ ਨੂੰ ਜੀ ਆਇਆਂ ਭਾਈ ਸਾਹਿਬ ਜੀ ਅੱਜ ਦੇ ਪ੍ਰੋਗਰਾਮ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਛੋਟੇ ਸਾਹਿਬ ਜਾਦਿਆਂ ਲਈ ਮੈਂ ਕਵਿਤਾ ਸ਼ੁਰੂ ਕਹਿਣਾ ਚਾਹਣਾ ਜੀ ਜ਼ਰੂਰ ਜੀ ਭਾਈ ਸਾਹਿਬ ਜੀ ਹਾਂਜੀ ਧਰਤੀ ਪੁੱਛੇ ਅਸਮਾਨ ਤੋਂ ਸਰ ਹਿੰਦ ਵਿੱਚ ਕੀ ਹੋ ਰਿਹਾ ਏ ਦੁਨੀਆਂ ਤੋਂ ਵੱਖਰਾ ਜ਼ੁਲਮ ਅੱਜ ਸ਼ਿਖਰਾਂ ਨੂੰ ਛੋ ਰਿਹਾ ਏ ਸ਼ਿਖਰਾਂ ਨੂੰ ਛੋ ਰਿਹਾ ਏ ਦੋ ਲਾਲ ਕੰਧ ਵਿੱਚ ਖੜੇ ਨੇ ਫਰਜੰਦ ਨੇ ਉੱਚ ਦੇ ਪੀਰ ਦੇ ਦੁਨੀਆਂ ਨੂੰ ਚਾਨਣ ਵੰਡਣ ਲਈ ਆਏ ਹਨੇਰੇ ਨੂੰ ਚੀਰ ਦੇ ਇੱਟਾਂ ਦੁਹੱਥੜ ਪਿੱਟ ਰਹੀਆਂ ਗਾਰੇ ਚੋਂ ਖੂਨ ਚੋਰ ਆਏ ਦੁਨੀਆਂ ਤੋਂ ਵੱਖਰਾ ਜ਼ੁਲਮ ਅੱਜ ਸ਼ਿਖਰਾਂ ਨੂੰ ਛੋਰ ਆਏ ਰੂਹਾਂ ਬਾਬੇ ਦੀ ਗੋਦ ਵਿੱਚ ਦੋ ਬੁੱਤ ਕੰਧ ਵਿੱਚ ਖੜੇ ਨੇ ਚਿਹਰੇ ਨੂਰਾਨੀ ਚਮਕਦੇ ਹੀਰੇ ਕੋਹ ਨੂਰੀ ਜੜੇ ਨੇ ਕਾਜੀ ਕਿਸਾਈ ਬਣ ਗਿਆ ਇਨਸਾਨੀਅਤ ਨੂੰ ਕੋਹ ਰਿਹਾ ਏ ਦੁਨੀਆਂ ਤੋਂ ਵੱਖਰਾ ਜ਼ੁਲਮ ਅੱਜ ਸ਼ਿਖਰਾਂ ਨੂੰ ਛੋ ਰਿਹਾ ਏ ਤੇ ਸੀ ਗੋਡੇ ਕੱਟ ਕੇ ਦੀਵਾਰ ਸਿੱਧੀ ਕਰ ਰਹੀ ਹੱਡੀਆਂ ਦਾ ਚੂਨਾ ਲਾ ਕੇ ਕਰੰਡੀ ਪਲਸਤਰ ਕਰ ਰਹੀ ਇਨਸਾਫੀਆਂ ਨੂੰ ਤਰਸ ਆ ਰਿਹਾ ਏ ਅੱਜ ਆਲਮ ਰੋ ਰਿਹਾ ਏ ਦੁਨੀਆਂ ਤੋਂ ਵੱਖਰਾ ਜ਼ੁਲਮ ਅੱਜ ਸ਼ਿਖਰਾਂ ਨੂੰ ਛੋ ਰਿਹਾ ਏ ਇਹ ਪਿੱਠ ਵਿੱਚ ਛੁਰਾ ਮਾਰਿਆ ਏ ਗੰਗੂ ਉਸ ਗਦਾਰ ਨੇ ਨਿਮਕ ਹਰਾਮ ਕਰ ਦਿੱਤਾ ਏ ਅਸ਼ਰਫੀਆਂ ਦੀ ਚਨਕਾਰ ਨੇ ਦੁਨੀਆਂ ਦੀ ਕਾਲਖ ਮਲ ਲਈ ਅੱਜ ਗੰਗੂ ਮੂੰਹ ਧੋ ਰਿਹਾ ਏ ਦੁਨੀਆਂ ਤੋਂ ਵੱਖਰਾ ਜ਼ੁਲਮ ਅੱਜ ਸ਼ਿਖਰਾਂ ਨੂੰ ਛੋ ਰਿਹਾ ਏ
ਮਾਲੀਰ ਕੋਟਲੇ ਨਵਾਬ ਦੇ ਹੌਕੇ ਤੇ ਤਰਲੇ ਪਾਰੇ ਆਏ ਕੁਰਾਨ ਪਾਕ ਦਾ ਹਰ ਮਕਮ ਵਜੀਦੇ ਨੂੰ ਸਮਝਾਰੇ ਆਏ ਅੱਜ ਨਵਾਬ ਸ਼ੇਖ ਖਾਨ ਬੇਦਰਦ ਅੱਗੇ ਰੋ ਰੇ ਆਏ ਦੁਨੀਆਂ ਤੋਂ ਵੱਖਰਾ ਜ਼ੁਲਮ ਅੱਜ ਸ਼ਿਖਰਾਂ ਨੂੰ ਛੋਰੇ ਆਏ ਚੀਖਾਂ ਟੋਡਰ ਮੱਲ ਦੀਆਂ ਉਹਦੇ ਗਲ ਵਿੱਚ ਫਸ ਗਈਆਂ ਸਵਾਸਾਂ ਤੇ ਛਾਲੇ ਪੈ ਗਏ ਉਹ ਆਂਦਰਾਂ ਵਿੱਚ ਧਸ ਗਈਆਂ ਮਾਸੂਮ ਬੱਚਿਆਂ ਦਾ ਪਿਆਰ ਅੱਜ ਟੋਡਰ ਮੱਲ ਨੂੰ ਮੋਹਰੇ ਆਏ ਦੁਨੀਆਂ ਤੋਂ ਵੱਖਰਾ ਜ਼ੁਲਮ ਅੱਜ ਸ਼ਿਖਰਾਂ ਨੂੰ ਛੋਰੇ ਆਏ ਆਂਦਰਾਂ ਦੇ ਸੇਕ ਨਾਲ ਮਾਤਾ ਦੇ ਹੰਝੂ ਸੁੱਕ ਗਏ ਪਿਆਰ ਦਾ ਡਿੱਗ ਲੈਣ ਲਈ ਪਲਕਾਂ ਦੇ ਅੰਦਰ ਲੁੱਕ ਗਏ ਬਹਿਲ ਫਰਿਸ਼ਤੇ ਪੁੱਛਦੇ ਵਜੀਦਾ ਕਰਤ ਰੋਹਰੇ ਆਏ ਦੁਨੀਆਂ ਤੋਂ ਵੱਖਰਾ ਜ਼ੁਲਮ ਅੱਜ ਸ਼ਿਖਰਾਂ ਨੂੰ ਛੋਰੇ ਆਏ ਧਰਤੀ ਪੁੱਛੇ ਅਸਮਾਨ ਤੋਂ ਸਰ ਹਿੰਦ ਵਿੱਚ ਕੀ ਹੋ ਰੇ ਆਏ ਦੁਨੀਆਂ ਤੋਂ ਵੱਖਰਾ ਜ਼ੁਲਮ ਅੱਜ ਸ਼ਿਖਰਾਂ ਨੂੰ ਛੋਰੇ ਆਏ ਦੁਨੀਆਂ ਤੋਂ ਵੱਖਰਾ ਜ਼ੁਲਮ ਅੱਜ ਸ਼ਿਖਰਾਂ ਨੂੰ ਛੋਰੇ ਆਏ ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਮੇਰੇ ਵੀਰ ਜੀ ਭੁਪਿੰਦਰ ਸਿੰਘ ਜੀ ਸਾਊਥਹੈਂਪਟਨ ਤੋਂ ਆਪ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪਣਾ ਨਾਮ ਦੱਸੋ ਕਿਹੜੀ ਜਗ੍ਹਾ ਤੋਂ ਜੀ ਮੈਂ ਮੇਜਰ ਸਿੰਘ ਬੋਲ ਰਿਹਾ ਦਿੱਲੀ ਤੋਂ ਆਪ ਜੀ ਨੂੰ ਜੀ ਆਇਆਂ ਅੱਜ ਦੇ ਪ੍ਰੋਗਰਾਮ ਤੇ ਭਾਈ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਐਕਚੁਅਲੀ ਮੈਂ ਇੱਕ ਖਬਰ ਤੋਂ ਪਰੇਸ਼ਾਨ ਸੀਗਾ ਮੈਂ ਉਹ ਗੱਲ ਸੁਣੀ ਕਰਨਾ ਚਾਹੁੰਦਾ ਸੀ ਜੀ ਪਿਛਲੇ ਮੈਂ ਖਬਰ ਸੁਣੀ ਸੀ ਸਿੱਖ ਚੈਨਲ ਤੇ ਕਿ ਪੰਜਾਬ 'ਚ ਇੱਕ ਗੱਡੀ ਫੜੀ ਗਈ ਆ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਰਾਜਮਾਨ ਸਨ ਭਾਈ ਸਾਹਿਬ ਜੀ ਸੋਰੀ ਮੈਂ ਤੁਹਾਨੂੰ ਵਿੱਚ ਇੰਟਰਪਟ ਕਰ ਰਹੀ ਹਾਂ ਕਿਉਂਕਿ ਤੁਹਾਡੀ ਲਾਈਨ ਬਹੁਤ ਕਲੀਅਰ ਨਹੀਂ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬ੍ਰੇਕ ਡਾਊਨ ਹੋ ਰਹੀ ਹੈ ਤੇ ਬਹੁਤ ਕਲੀਅਰ ਨਹੀਂ ਸਮਝ ਆ ਰਿਹਾ ਜਾਂ ਤਾਂ ਤੁਸੀਂ ਰਿਪੀਟ ਕਰੋ ਗੱਲ ਨੂੰ ਕਹਿ ਰਿਹਾ ਸੀ ਕਿ ਮੈਂ ਪਿੱਛੇ ਖਬਰ ਸੁਣੀ ਸੀ ਸਿੱਖ ਚੈਨਲ ਤੇ ਕਿ ਜਿਹਦੇ ਵਿੱਚ ਇੱਕ ਗੱਡੀ ਫੜੀ ਸੀ ਪੰਜਾਬ ਵਿੱਚ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਰਾਜਮਾਨ ਸਨ ਜੀ ਤੇ ਉਹਨਾਂ ਨੇ ਥੱਲੇ ਟੂਲ ਬਾਕਸ ਦੇ ਵਿੱਚ ਜੋੜੇ ਰੱਖੇ ਸੀ ਉਹਦੇ ਵਿੱਚ ਜੋੜੀ ਸੀ ਤੇ ਉਹ ਉਹਨਾਂ ਨੇ ਖਬਰ ਹੈਡਲਾਈਨ ਵਿਖਾਈ ਸੀ ਈਵਨ ਕਿ ਮੈਂ ਉਸ ਤੋਂ ਕੁਝ ਦਿਨ ਪਹਿਲਾਂ ਸਿੱਖ ਚੈਨਲ ਤੇ ਇੱਕ ਨਗਰ ਕੀਰਤਨ ਦੇਖਿਆ ਸੀ ਜਿਹਦੇ ਵਿੱਚ ਪੰਜ ਪਿਆਰਿਆਂ ਨੇ ਜੋੜੇ ਪਹਿਨੇ ਹੋਏ ਸੀ ਭਾਈ ਸਾਹਿਬ ਜੀ ਮੈਂ ਸੋਰੀ ਦੁਬਾਰਾ ਤੁਹਾਨੂੰ ਇੱਕ ਵਾਰ ਫਿਰ ਕਹਾਂਗੀ ਕਿ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਵਾਰ ਫੋਨ ਜਿਹੜਾ ਹੈ ਉਹ ਡਿਸਕਨੈਕਟ ਕਰਕੇ ਦੁਬਾਰਾ ਲਗਾਓ ਕਿਉਂਕਿ ਤੁਹਾਡੀ ਲਾਈਨ ਬਹੁਤ ਜ਼ਿਆਦਾ ਖਰਾਬ ਹੈ ਠੀਕ ਹੈ ਕਿਉਂਕਿ ਤੁਹਾਡੀ ਆਵਾਜ਼ ਬਹੁਤ ਬ੍ਰੇਕ ਡਾਊਨ ਹੋ ਰਹੀ ਹੈ ਸਾਨੂੰ ਹਾਰਡਲੀ ਥੋੜੀ ਥੋੜੀਆਂ ਲਫ਼ਜ਼ ਸਮਝ ਸਕਦੀ ਹਾਂ ਸਾਰੇ ਸਮਝ ਨਹੀਂ ਆਉਂਦੇ ਪਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਭੈਣਾਂ ਨੂੰ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਆਪਣਾ ਨਾਮ ਦੱਸੋ ਦੱਸੋ ਕਿਹੜੀ ਜਗ੍ਹਾ ਤੋਂ ਬੋਲ ਰਹੇ ਆਪ ਗਿਆਨੀ ਮਹਿੰਦਰ ਸਿੰਘ ਹਮਦਰਦ ਬੋਲ ਰਿਹਾ ਜੀ ਇਹ ਆਪਣੇ ਹੰਜਵਰ ਤੋਂ ਆਪ ਜੀ ਨੂੰ ਜੀ ਆਏ ਆ ਭਾਈ ਸਾਹਿਬ ਜੀ ਅੱਜ ਦੇ ਪ੍ਰੋਗਰਾਮ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਭੈਣ ਜੀ ਤੁਸੀਂ ਜਿਹੜਾ ਹਰ ਹਫਤੇ ਪ੍ਰੋਗਰਾਮ ਲੈ ਕੇ ਆਉਂਦੇ ਹੋ ਤੇ ਅੱਜ ਖਾਸ ਕਰਕੇ ਜੋ ਸਾਹਿਬਜ਼ਾਦਿਆਂ ਦਾ ਤੁਸੀਂ ਪ੍ਰੋਗਰਾਮ ਲੈ ਕੇ ਆਏ ਹੋ ਜੀ ਤੁਸੀਂ ਵਧਾਈ ਦੇ ਪਾਤਰ ਹੋ ਧੰਨਵਾਦ ਭਾਜੀ ਸ਼ਹੀਦਾਂ ਕੀ ਚਿਤਾਓਂ ਪਰ ਲੱਗੇਗੇ ਹਰ ਬਰਸ ਮੇਲੇ ਕੌਮ ਵਤਨ ਮੈਂ ਮਰਨੇ ਵਾਲੋ ਕਾ ਬਾਕੀ ਦੇਹੀ ਨਿਸ਼ਾ ਹੋਗਾ ਹਾਂਜੀ ਸੋ ਅੱਜ ਸਰਹੰਦ ਵਿਖੇ ਵੀ ਪ੍ਰੋਗਰਾਮ ਸ਼ੁਰੂ ਹੋ ਗਏ ਨੇ ਜੋ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਸਲਾਨਾ ਯਾਦ ਮਨਾਈ ਜਾਂਦੀ ਸਾਹਿਬਜ਼ਾਦਿਆਂ ਦੀ ਨਾਲ ਮਾਤਾ ਗੁਜਰ ਕੌਰ ਜੀ ਦੀ ਸੋ ਵੀਰ ਜੀ ਹੋਰਾਂ ਨੇ ਬਹੁਤ ਵਧੀਆ ਕਵਿਤਾ ਦੇ ਰਾਹੀਂ ਸਰਹੰਦ ਦਾ ਜਿਹੜਾ ਆਹ ਪ੍ਰਸੰਗ ਸੰਗਤਾਂ ਨੂੰ ਸੁਣਾਇਆ ਜੀ ਸੋ ਭੈਣ ਜੀ ਮੈਂ ਦੱਸਣਾ ਚਾਹੁੰਦਾ ਤੇ ਗੁਰੂ ਲਾਧੋਰੇ ਸੋਸਾਇਟੀ ਵੱਲੋਂ ਤੇ ਸਿੱਖ ਚੈਨਲ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਅਤੇ ਮਾਤਾ ਗੁਜਰ ਕੌਰ ਦੀ ਯਾਦ ਵਿੱਚ ਜੀ 29 ਦਸੰਬਰ ਨੂੰ ਇਹ ਦਿਨ ਵੀਰਵਾਰ ਹੈ ਗੁਰਦੁਆਰਾ ਬਾਬੇ ਕੇ ਹੋਕਲੀ ਵਿਖੇ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਬੱਚਿਆਂ ਦਾ ਪ੍ਰੋਗਰਾਮ ਹੋਵੇਗਾ ਜਿਸ ਵਿੱਚ 2 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਭਾਗ ਲੈ ਸਕਦੇ ਨੇ ਜੀ ਜਿਨ੍ਹਾਂ ਵੀ ਬੱਚਿਆਂ ਨੇ ਗੁਰਬਾਣੀ ਦਾ ਕੀਰਤਨ ਕਰਨਾ ਹੈ ਜਾਂ ਗੁਰਬਾਣੀ ਦਾ ਪਾਠ ਕਰਨਾ ਹੈ ਕਵਿਤਾ ਸੁਣਾਉਣੀ ਹੈ ਲੈਕਚਰ ਦੇਣਾ ਹੈ ਤੇ ਉਹ ਬੱਚੇ ਇਸ ਦੇ ਵਿੱਚ ਪਹੁੰਚ ਸਕਦੇ ਨੇ ਪਰ ਪਹੁੰਚਣ ਤੋਂ ਪਹਿਲਾਂ ਆਪਣੇ ਨਾਮ ਮੇਰੇ ਕੋਲ ਲਿਖਵਾ ਦੇਣ ਮੈਂ ਨੰਬਰ ਆਪਣਾ ਦੇ ਦੇਣਾ ਵਾ ਜੀ 07826853506 ਠੀਕ ਹੈ ਜੀ
ਤੋ ਉਸ ਦਿਨ ਸਿੱਖ ਚੈਨਲ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚ ਰਹੀ ਹੈ ਤੇ ਮੇਰਾ ਖਿਆਲ ਸਿੱਖ ਚੈਨਲ ਦੇ ਸੇਵਾਦਾਰ ਬਾਲ ਸਾਹਿਬ ਵੀ ਉੱਥੇ ਪਹੁੰਚਣਗੇ ਤੇ ਬੱਚਿਆਂ ਨੂੰ ਆਪ ਸਨਮਾਨਿਤ ਕਰਨਗੇ ਜਿਹੜੇ ਵੀ ਬੱਚੇ ਇਸ ਦੇ ਵਿੱਚ ਭਾਗ ਲੈਣਗੇ ਤੇ ਸਿੱਖ ਚੈਨਲ ਤੇ ਪ੍ਰੋਗਰਾਮ ਦਿਖਾਇਆ ਵੀ ਜਾਵੇਗਾ। ਬਹੁਤ ਵਧੀਆ ਹਾਂਜੀ। ਸੋ ਭੈਣ ਜੀ ਅਸੀਂ ਇਹ ਹੀ ਕਹਿ ਸਕਦੇ ਹਾਂ ਨਮਸਕਾਰ ਤਾਂਕੋ ਲਖਵਾਰ ਇਹ ਮਨ ਬੀਜੈ ਤਾਂਕੋ ਵਾਰ। ਚਮਕੌਰ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਨੂੰ ਚਾਰੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਜੋ ਇਹ ਸ਼ਹੀਦੀ ਦਿਨ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਲੱਖ ਲੱਖ ਵਾਰੀ ਨਮਸਕਾਰ ਕਰੀਏ ਤੇ ਸਿੱਖ ਚੈਨਲ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੀਏ ਕਿ ਜੋ ਸਾਨੂੰ ਇੱਕ ਬਹੁਤ ਵੱਡਾ ਮੀਡੀਆ ਮਿਲਿਆ ਤੇ ਸਭ ਤੋਂ ਪਹਿਲਾਂ ਇਹ ਸਿੱਖ ਚੈਨਲ ਹੈ ਜਿਸ ਕਰਕੇ ਅਸੀਂ ਹੁਣ ਸਾਰੇ ਗੁਰੂ ਇਤਿਹਾਸ ਦੇ ਨਾਲ ਜੁੜਦੇ ਹਾਂ। ਇੰਨਾ ਮਹਾਨ ਜਿਹੜੇ ਗੁਰਪੁਰਬ ਆਉਂਦੇ ਨੇ ਦਿਹਾੜੇ ਆਉਂਦੇ ਨੇ ਉਹਨਾਂ ਦਾ ਅਸੀਂ ਆਨੰਦ ਮਾਣਦੇ ਹਾਂ ਤੇ ਤੁਹਾਡੀ ਚੜ੍ਹਦੀ ਕਲਾ ਵਾਸਤੇ ਵੀ ਅਰਦਾਸ ਬੇਨਤੀ ਹੈ ਜੀ। ਇੱਥੇ ਹੀ ਫਤਿਹ ਬੁਲਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਵੀਰ ਜੀ ਗਿਆਨੀ ਮਹਿੰਦਰ ਸਿੰਘ ਹਮਦਰਦ ਉਹਨਾਂ ਦਾ ਧੰਨਵਾਦ ਕਰਦੀ ਜਾਵਾਂ। ਉਹਨਾਂ ਨੇ ਸਾਡੇ ਲਈ ਵੀ ਉਸ ਵਾਹਿਗੁਰੂ ਅੱਗੇ ਬਹੁਤ ਸਾਰੀਆਂ ਦੁਆਵਾਂ ਮੰਗੀਆਂ ਨੇ। ਆਪ ਜੀ ਤੇ ਅਸੀਂ ਧੰਨਵਾਦੀ ਹਾਂ। ਸਿੱਖ ਚੈਨਲ ਦੀ ਚੜ੍ਹਦੀ ਕਲਾ ਦੀ ਤੁਸੀਂ ਅਰਦਾਸ ਕੀਤੀ ਹੈ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਜਿਵੇਂ ਕਿ ਤੁਸੀਂ ਪਿਛਲੇ ਹਫ਼ਤੇ ਵੀ ਸਾਡੇ ਪਰਿਵਾਰ ਦੇ ਮੈਂਬਰਾਂ ਨਾਲ ਇਸ ਪ੍ਰੋਗਰਾਮ ਦੀ ਸਾਂਝ ਪਾਈ ਸੀ, ਅੱਜ ਫਿਰ ਦੁਬਾਰਾ ਤੁਸੀਂ ਸਾਰੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਬਰਮਿੰਗਮ ਦੇ ਵਿੱਚ ਬਾਬੇ ਕੀ ਹੁੱਕ ਲਈ ਗੁਰਦੁਆਰਾ ਹੈ, ਉੱਥੇ 29 ਦਸੰਬਰ ਨੂੰ ਜਿਹੜਾ ਹੈ ਬੱਚਿਆਂ ਦਾ ਪ੍ਰੋਗਰਾਮ ਹੋ ਰਿਹਾ ਹੈ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ, ਜਿਸ ਦੇ ਵਿੱਚ ਇੱਕ ਕੀਰਤਨ ਦਰਬਾਰ ਵਾਂਗ ਜਿਹੜਾ ਰੱਖਿਆ ਗਿਆ ਹੈ। ਤੁਸੀਂ ਕੀਰਤਨ ਬੱਚੇ ਜਿਹੜੇ ਨੇ ਕੀਰਤਨ ਵੀ ਕਰ ਸਕਦੇ ਨੇ ਜਾਂ ਕੋਈ ਵੀ ਜਿਹੜੇ ਕਵਿਤਾ ਜਾਂ ਕੋਈ ਵਿਚਾਰ ਜਾਂ ਲੈਕਚਰ ਕੁਛ ਵੀ ਉਹਨਾਂ ਨੇ ਦੇਣਾ ਹੈ ਉਹ ਜ਼ਰੂਰ ਉਸ ਵੇਲੇ ਉਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਨੇ, ਪਰ ਉਹਨਾਂ ਨੇ ਇੱਕ ਕੰਡੀਸ਼ਨ ਜਿਹੜੀ ਹੈ ਉਹ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਜਾਂ ਬੱਚਿਆਂ ਦਾ ਜਿਹੜਾ ਨਾਮ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਸਾਹਿਬ ਮਹਿੰਦਰ ਸਿੰਘ ਹੋਣਾ ਨੂੰ ਲਿਖਵਾ ਸਕਦੇ ਹੋ, ਔਰ ਉਹਨਾਂ ਨੇ ਆਪਣਾ ਟੈਲੀਫੋਨ ਨੰਬਰ ਜਿਹੜਾ ਹੈ ਆਪ ਸਾਰਿਆਂ ਨੂੰ ਦੱਸ ਹੀ ਦਿੱਤਾ ਹੈ। ਮੈਂ ਇੱਕ ਵਾਰ ਫਿਰ ਰਿਪੀਟ ਕਰਦੀ ਜਾਵਾਂ, 07826853506। ਇਸ ਦੇ ਵਿੱਚ ਜਿਹੜੀ ਉਮਰ ਜਿਹੜੀ ਏਜ ਦੀ ਕੰਡੀਸ਼ਨ ਹੈ ਬੱਚਿਆਂ ਲਈ ਉਹ 2 ਸਾਲ ਤੋਂ 18 ਸਾਲ ਤੱਕ ਦੀ ਹੈ। ਸੋ ਆਪ ਜੀ ਜ਼ਰੂਰ ਜੇ ਪਾਰਟੀਸਪੇਟ ਕਰਨਾ ਚਾਹੁੰਦੇ ਹੋ ਤਾਂ ਭਾਈ ਸਾਹਿਬ ਉਹਨਾਂ ਨੂੰ ਟੈਲੀਫੋਨ ਰਾਹੀਂ ਜ਼ਰੂਰ ਸੰਪਰਕ ਕਰੋ। ਸੋ ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ, ਉਹਨਾਂ ਨਾਲ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਕੇ ਜੀ, ਆਈ ਥਿੰਕ ਸਾਡੀ ਫੋਨ ਕਾਲ ਜਿਹੜੀ ਹੈ ਉਹ ਡਿਸਕਨੈਕਟ ਹੋ ਚੁੱਕੀ ਹੈ, ਸੋ ਮਾਫੀ ਚਾਹਾਂਗੇ। ਅੱਜ ਅਸੀਂ ਗੱਲ ਕਰ ਰਹੇ ਹਾਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੀ। ਜੇ ਤੁਸੀਂ ਕੋਈ ਕਵਿਤਾ ਕੋਈ ਕੁਛ ਵੀ ਉਹਨਾਂ ਬਾਰੇ ਤੁਸੀਂ ਗੱਲਬਾਤ ਜਾਂ ਬੋਲਣਾ ਚਾਹੁੰਦੇ ਹੋ ਤਾਂ ਜ਼ਰੂਰ ਆ ਕੇ ਔਨ ਏਅਰ ਸਾਡੇ ਨਾਲ ਇਸ ਟੌਪਿਕ ਦੇ ਉੱਪਰ ਸਾਂਝ ਪਾ ਸਕਦੇ ਹੋ। ਟੈਲੀਫੋਨ ਨੰਬਰ 01213801050। ਇਸ ਦੇ ਨਾਲ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਕ੍ਰਿਸਮਸ ਅਸੀਂ ਮਨਾਉਂਦੇ ਹਾਂ, ਉਸਨੂੰ ਅਸੀਂ ਪ੍ਰਾਇਓਰਟੀ ਦਿੰਦੇ ਹਾਂ, ਕਿਉਂ ਨਹੀਂ ਆਪਣੇ ਜਿਹੜੇ ਸਾਡੇ ਧਰਮ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਕਿਉਂ ਨਹੀਂ ਅਸੀਂ ਮਨਾਉਂਦੇ, ਕਿਉਂ ਉਹਨਾਂ ਨੂੰ ਪਿੱਛੇ ਛੱਡੀ ਜਾ ਰਹੇ ਹਾਂ, ਕਿਉਂ ਸਾਡੇ ਬੱਚਿਆਂ ਦੇ ਵਿੱਚ ਉਸ ਚੀਜ਼ ਦੀ ਐਕਸਾਈਟਮੈਂਟ ਨਹੀਂ ਹੈ ਜਿਸ ਦੀ ਹੋਣੀ ਚਾਹੀਦੀ ਹੈ, ਇਹੀ ਅੱਜ ਗੱਲ ਕਰ ਰਹੇ ਹਾਂ। ਅਤੇ ਜ਼ਰੂਰ ਆ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਮੇਰੇ ਖਿਆਲ ਦੇ ਵਿੱਚ ਪੰਜੀ ਗੁਰਵਿੰਦਰ ਕੌਰ ਜੀ ਤੁਸੀਂ ਕਵਿਤਾ ਦੱਸਦੀ ਆ। ਜਿਹੜੇ ਆਪਾਂ ਛੋਟੇ ਸਾਹਿਬਜ਼ਾਦੇ ਦੀ ਗੱਲ ਕਰਦੇ ਪਏ ਹਾਂ ਜੀ, ਜਿਹੜਾ ਇਹਦਾ ਸ਼ਹਾਦਤ ਦਾ ਜਿਹੜਾ ਸਭ ਤੋਂ ਵੱਡਾ ਕਿੰਨੇ ਉਹਨਾਂ ਨੂੰ ਇੰਨੀ ਸਿੱਖਿਆ ਦਿੱਤੀ ਕਿ ਸ਼ਹਾਦਤ ਆਪਾਂ ਲੈਣੀ, ਆਪਣਾ ਧਰਮ ਨਹੀਂ ਛੱਡਣਾ, ਧਰਮ ਨਾ ਛੱਡਣ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਆਪਣਾ ਧਰਮ ਨਹੀਂ ਛੱਡਣਾ, ਅਸੀਂ ਆਪਣੇ ਧਰਮ 'ਚ ਖੁਸ਼ ਹਾਂ। ਕਿੰਨੇ ਉਹਨਾਂ ਨੇ ਸਿੱਖਿਆ ਦਿੱਤੀ ਉਹਨਾਂ ਦੀ ਦਾਦੀ ਮਾਂ ਨੇ। ਮੈਨੂੰ ਨਾ ਜਦੋਂ ਆਪਾਂ ਗੱਲ ਕਰਦੇ ਸੀ ਕਵਿਤਾਵਾਂ ਸੁਣਦੇ ਸੀ, ਮੈਨੂੰ ਨਾ ਮੈਂ ਮੇਰਾ ਖਾ 10-12 ਸਾਲ ਦੀ ਸੀ ਜਦੋਂ ਮੈਂ ਨਰਿੰਦਰ ਬੀਬਾ ਦੀ ਕੈਸਟ ਹੁੰਦੀ ਸੀ ਤੇ ਮੈਨੂੰ ਉਦੋਂ ਇੱਕ ਕਿਰਨ ਨਾਮ ਥੋੜੀਆਂ ਜਿਹੀਆਂ ਲਾਈਨਾਂ ਯਾਦ ਆਈਆਂ ਤੇ ਜੇ ਤੁਸੀਂ ਕਹੋ ਤਾਂ ਪਰ ਹੈ ਉਹ ਮਾਤਾ ਗੁਜਰੀ ਜੀ ਵਾਸਤੇ। ਹਾਂਜੀ, ਪਹਿਲਾਂ ਆਪਾਂ ਫੋਨ ਕਾਲ ਲੈ ਲਈਏ। ਹਾਂਜੀ ਹਾਂ, ਪਹਿਲਾਂ ਆਪ ਜੀ ਨਾਲ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਲੋ, ਤੁਸੀਂ ਇਸ ਤਰ੍ਹਾਂ ਕਰੋ ਭਾਈ ਸਾਹਿਬ ਜੀ, ਆਪਣੇ ਟੈਲੀਵਿਜ਼ਨ ਦੀ ਆਵਾਜ਼ ਨੂੰ ਬੰਦ ਕਰੋ। ਬਹੁਤ
ਇਹਦੇ ਨਾਲ ਨਾਲ ਹੀ ਥੋੜਾ ਜਿਹਾ ਕਈ ਵਾਰੀ ਜਿੱਦਾਂ ਕੱਲ ਬੀਬੀ ਜੀ ਪ੍ਰੋਗਰਾਮ ਦੇ ਰਹੇ ਸੀ ਉਹ ਵਿੱਚ ਭੜਕਾਊ ਖਿਆਲ ਜ਼ਿਆਦਾ ਆ ਜਾਂਦੇ ਨੇ ਵਿੱਚ ਥੋੜੇ ਜਿਹੇ। ਠੀਕ ਹੈ ਜੀ, ਕਿਹੜੇ ਕਿਹੜੇ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ ਤੁਸੀਂ, ਕਿਹੜੇ ਕਿਹਨਾਂ ਦੀ ਗੱਲ ਕਰ ਰਹੇ ਹੋ? ਮੈਨੂੰ ਨਹੀਂ। ਹੈਲੋ ਬੀਬੀ, ਜਿੱਦਾਂ ਹੁਣ ਅਸੀਂ ਐਸੇ ਪ੍ਰੋਗਰਾਮ ਤੁਸੀਂ ਲੋਕ ਦੇਖਦੇ ਆ, ਬਹੁਤ ਖੁਸ਼ੀ ਹੁੰਦੀ ਦੇਖ ਕੇ। ਚਲੋ ਆਪਣੇ ਸਾਹਿਬਜ਼ਾਦਿਆਂ ਦੇ ਪ੍ਰੋਗਰਾਮ ਨੇ ਜਾਂ ਹੋਰ ਧਾਰਮਿਕ ਪ੍ਰੋਗਰਾਮ ਦੇ ਰਹੇ ਹੋ ਜੀ ਭਾਈ ਸਾਹਿਬ ਜੀ, ਹਾਂਜੀ ਹਾਂਜੀ, ਪਰ ਜ਼ਿਆਦਾਤਰ 50% ਪ੍ਰੋਗਰਾਮ ਨਾਲ ਜ਼ਿਆਦਾ ਉਹ ਜ਼ਿਆਦਾ ਭੜਕਾਊ ਲੜਾਈ ਦੇ ਤੌਰ ਤੇ ਜ਼ਿਆਦਾ ਆਉਂਦੇ ਨੇ ਉਹਨਾਂ ਦਾ ਉਹ ਥੋੜੇ ਜਿਹੇ ਨਾ। ਠੀਕ ਹੈ ਭਾਈ ਸਾਹਿਬ ਜੀ, ਕਿਹੜੀ ਗੱਲ ਤੋਂ ਤੁਸੀਂ ਤੁਹਾਨੂੰ ਚੰਗੀ ਨਹੀਂ ਲੱਗੀ ਔਰ ਕਿਸ ਪ੍ਰੈਜ਼ੈਂਟਰ ਦੀ ਜਾਂ ਕਿਸ ਪ੍ਰੋਗਰਾਮ ਦੀ ਗੱਲ ਚੰਗੀ ਨਹੀਂ? ਚੰਗੀ ਤੋਂ ਪਹਿਲੇ ਤਾਂ ਬਹੁਤ ਵਧੀਆ ਚੱਲ ਰਿਹਾ ਸੀ, ਬਾਅਦ ਵਿੱਚ ਪਤਾ ਨਹੀਂ ਕਿਹੜੇ ਜਿੱਦਾਂ ਗਦਾਰਾਂ ਦੀ ਗੱਲ ਸ਼ੁਰੂ ਹੋ ਗਈ। ਤੁਸੀਂ ਕਿਸ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ ਭਾਈ ਸਾਹਿਬ ਜੀ? ਕੱਲ ਜੋ ਬੀਬੀ ਜੀ ਪ੍ਰੋਗਰਾਮ ਦੇ ਰਹੇ ਸੀ ਨਾ, ਕੱਲ ਜਿਹੜਾ ਕੱਲ ਪ੍ਰੋਗਰਾਮ ਹੋਇਆ ਸੀ ਜਿਹਦੇ ਵਿੱਚ ਬੀਬੀ ਜੀ ਦੂਜੇ ਸੀ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਬਾਰੇ ਦੱਸ ਰਹੇ ਸੀ। ਤੁਹਾਨੂੰ ਨਾਮ ਪਤਾ ਉਹਨਾਂ ਦਾ? ਨਹੀਂ, ਇੱਥੇ ਬੀਬੀ ਜੀ ਕੱਲ ਇਸੇ ਟਾਈਮ ਤੇ ਆਉਂਦੇ ਨੇ। ਓਕੇ ਜੀ, ਠੀਕ ਹੈ ਜੀ, ਕੱਲ ਓਕੇ ਜੀ, ਕੱਲ ਦਾ ਜਿਹੜਾ ਸ਼ੋਅ ਸੀਗਾ ਉਸਦੇ ਉੱਤੇ ਲੇਡੀਜ਼ ਨੇ ਜਿਹੜਾ ਸ਼ੋਅ ਕੀਤਾ ਸੀਗਾ, ਤੁਸੀਂ ਉਸ ਬਾਰੇ ਗੱਲ ਕਰ ਰਹੇ ਹੋ ਤੇ ਅਸੀਂ ਜ਼ਰੂਰ ਜਿਹੜਾ ਓਕੇ ਆਈ ਥਿੰਕ ਕਿ ਜਾਂ ਜਿਹੜਾ ਵੀ ਕੱਲ ਸ਼ੋਅ ਕੋਈ ਹੋਇਆ ਸੀਗਾ ਤੁਸੀਂ ਉਸ ਬਾਰੇ ਗੱਲ ਕਰ ਰਹੇ ਹੋ ਤਾਂ ਅਸੀਂ ਜ਼ਰੂਰ ਉਸ ਦਾ ਖਿਆਲ ਰੱਖਾਂਗੇ ਤੇ ਕੋਸ਼ਿਸ਼ ਕਰਾਂਗੇ। ਡਰ ਹੁੰਦਾ ਕਿ ਦੁਬਾਰਾ 84 ਦੇ ਦੰਗੇ ਕਿਤੇ ਫੇਰ ਨਾ ਸ਼ੁਰੂ ਹੋ ਜਾਣ, ਹੋਰ ਤਾਂ ਕੋਈ ਗੱਲ ਨਹੀਂ। ਠੀਕ ਹੈ ਭਾਈ ਸਾਹਿਬ ਜੀ, ਆਪ ਜੀ ਦਾ ਪੁਆਇੰਟ ਨੋਟ ਕਰ ਲਿਆ ਗਿਆ। ਠੀਕ ਹੈ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਪ ਜੀ ਆਪਣਾ ਨਾਮ ਦੱਸੋ ਦੱਸੋ ਕਿਹੜੀ ਜਗ੍ਹਾ ਤੋਂ? ਜਗਦੀਸ਼ ਕੌਰ ਮਥਾਰੂ ਬੋਲਦੀ, ਇਲਫੋਰ ਤੋਂ। ਆਪ ਜੀ ਨੂੰ ਜੀ ਆਇਆਂ ਭੈਣ ਜੀ, ਅੱਜ ਦੇ ਪ੍ਰੋਗਰਾਮ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਛੋਟੀ ਜੀ ਇੱਕ ਕਵਿਤਾ ਪਾ ਲਈ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਵਾਲਿਆਂ ਨੇ ਮਾਤਾ ਗੁਜਰੀ ਦੇ ਨਾਲ। ਜ਼ਰੂਰ ਜੀ, ਹਾਂਜੀ ਹਾਂਜੀ ਹਾਂਜੀ। ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਸਾ ਨਦੀ ਦੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਰਾਤ ਹਨੇਰੀ ਬਿਜਲੀ ਲਿਸ਼ਕੇ, ਰਾ ਜੰਗਲਾਂ ਦੇ ਪੈ ਗਏ ਨੇ ਰੇ, ਰੇਸ਼ਮ ਸੋਲ ਸਰੀਦ ਨੂੰ ਦੁਖੜੇ ਦੁਖੜੇ ਸਹਿਣੇ ਪੈ ਗਏ ਨੇ, ਛੋਟੀ ਉਮਰ ਦੇ ਦੋਵੇਂ ਲਾਲ ਜੀ, ਮਾਤਾ ਗੁਜਰੀ ਉਹਨਾਂ ਦੇ ਨਾਲ ਜੀ। ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਕੈਰ ਦੀ ਸਰਦੀ ਹੱਡੀਆਂ ਚੀਰੇ, ਬਾਲੇ ਅਣਜਾਣੇ ਕੰਮ ਦੇ ਨੇ, ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾ ਜੰਗਲਾਂ ਦੇ ਲੰਘਦੇ ਨੇ, ਵਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਲਾਲ ਜੀ, ਸਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਕਿੱਡੀ ਹੋਣੀ ਨੇ ਖੇਡੀ ਚਾਲ ਜੀ, ਗੰਗੂ ਪਾਪੀ ਉਹਨਾਂ ਦੇ ਨਾਲ ਜੀ, ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ, ਕਦੋਂ ਜੀਤ ਤੇ ਜਜਾਰ ਵੀਰੇ ਆਉਣਗੇ, ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ,
तुरे जांदे गुरां दे लाल जी ससा नदी ते विछोड़ा पै गया उस वेले दा सुन लो हाल जी बाटा लम्मिया ते रस्ता पहाड़ दा एना ही मैं इन्नी कि छोटी जी कविता मैं बहुत बहुत धन्यवाद कर दी मैं हर सच नहीं थोड़ा प्रोग्राम देखती रविंदर जी अच्छा जी भैन जी अमरजीत जी गुरविंदर कौर जी सारिया भेना बहुत बहुत मेरे वालों वाहिगुरु जी का खालसा वाहिगुरु जी की फतेह ए सन मेरे भैन जी जगदीश कौर मठारू जी इलफड़ तो अज तो असं बहुत बहुत धन्यवादी हाँ और तुसी कविता जड़ी है बहुत ही वधिया सुना के गए हो ते साडे कोल अगले कॉलर आ चुके ने असी उन्हां दे नाल फतेह दी सांझ पाईए वाहिगुरु जी का खालसा वाहिगुरु जी की फतेह हेलो वाहिगुरु जी का खालसा वाहिगुरु जी की फतेह बहुत सोहना प्रोग्राम चल रहा आप जी अपना नाम दसोंगे भैन जी भजन कौर है मेरा नाम बर्मिंघम तो आप जी नु जी आया अज दे प्रोग्राम ते भैन जी की कहना हां जी बहुत बहुत सोहना प्रोग्राम है जो चल रहा सिर्फ चैनल तो धन्यवाद भैन जी अपने शहीदा साहिबजादे दी शहीदी वास्ते होर सिंघा दे इदां दी याद वास्ते इह सारा महीना इह नहीं भी आपां जो गुरु तेग बहादुर जी की शहीदी तो शुरू होया आ जंग सारा महीना है महाराज दे शहीद सिंह शहीद हो रहे सारा महीना ही चल रहा है जी पे एक दिन यहां शहीदां दा सारा महीना ही चल रहा है बिल्कुल बिल्कुल हां जी हां जी इस अज दिन पोह सत्ते सी उस दिन तो आनंदपुर साहब तो 12 बजे महाराज ने रात नु 12 बजे आनंदपुरी छड़ी आ रात नु 12 बजे आनंदपुर छड़ के तो फिर सरसा जाके बछोड़ा पिया छोटे साहबजाद फिर देख लो पोह सत्ते बड़े साहबजाद ने शहीदी पाई है चमकौर की कड़ी च किन्ने सिंह ना शहीद होए आते लो फतेहगढ़ साहब दी हुण 13 पोह नूं छोटे साहबजाद ने नीयां च चुनिया थोनों पता ही सारे हाल चाल दा कई बहुत सिंह प्रेम वाले आ असी तो कुछ भी नहीं बहुत प्रेम वाले सिंह तुसी फतेहगढ़ साहब भी आनंदपुर साहब भी होर भी शहीद जेड़े होर भी सिंह जेड़े प्यार वाले गुरु दे सारा महीना हा रात नूं भी बिड्डा छड्ड के हेठां सौंदे आ क्योंकि जंग चल रहा महाराज दे इस वेले ठीक है आपां इस मुल्क दे विच बैठे मना रहे आ कईआं बच्चिआं ते भी बख्शिश हैगी आ ते बाकी ओह भी तुहाडी गल ठीक है आपां क्रिसमस नूं जिहड़ा कहिंदे आ भई मनाउणी नहीं चाहीदी आपां इह नहीं कहिंदे भी मनाउण आपणा उहनां दे खाणे बाणे च आपणा फर्क हैगा आ पर जिस मुल्क दे विच आपां बैठे आ हैना ओह अपने गुरु घरां नूं भी सपोर्टां दिंदे आ बिल्कुल पंजी मैं इस तरह नूं भी दिंदे आ सॉरी पंजी मैं जरूर बाकी आपणे जिहड़े है ना सिखी सिख आ ना ਇਹ ਵੀ ਮੈਂ ਕਹਿੰਦੀ ਆਪਣੇ ਨਗਰ ਕੀਰਤਨ ਹੁੰਦੇ ਨਾ ਚ ਵੀ ਸਪੋਰਟਾਂ ਦਿੰਦੇ ਆਪਣੇ ਸਿੱਖ ਨੂੰ ਮਹਾਰਾਜ ਨੇ ਇਹੀ ਕਿਹਾ ਵੀ ਕਿਸੇ ਦੀ ਖੁਸ਼ੀ ਚ ਧਰਮ ਦੀ ਖੁਸ਼ੀ ਚ ਖੁਸ਼ ਹੋਵੇ ਦੁੱਖ ਚ ਦੁਖੀ ਹੋਵੇ ਆਪਾਂ ਏਦਾਂ ਨਹੀਂ ਕਹਿਣਾ ਕਿ ਆਪਾਂ ਇਹ ਹਾਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਵਾਸਤੇ ਜਾਗਰੂਕ ਕਰਾਉਣਾ ਜੇ ਆਪਾਂ ਕਿਸੇ ਧਰਮ ਨੂੰ ਇਹ ਕਹੀਏ ਪਰ ਅਸੀਂ ਨੀ ਉਹ ਤੇ ਇਹ ਗੱਲ ਆਪਣੀ ਗਲਤ ਆ ਬਿਲਕੁਲ ਭੈਣ ਜੀ ਮੈਂ ਸ਼ੁਰੂ ਤੋਂ ਹੀ ਜਦੋਂ ਪ੍ਰੋਗਰਾਮ ਸਟਾਰਟ ਕੀਤਾ ਮੈਂ ਉਸੇ ਵੇਲੇ ਹੀ ਇਹ ਗੱਲ ਨਾਲ ਕਹੀ ਸੀਗੀ ਕਿ ਅਸੀਂ ਇਸ ਸੋਸਾਇਟੀ ਦੇ ਵਿੱਚ ਰਹਿੰਦੇ ਹਾਂ ਅਸੀਂ ਤੇ ਦੂਸਰਿਆਂ ਦੇ ਖੁਸ਼ੀ ਦੇ ਵਿੱਚ ਖੁਸ਼ ਹੁੰਦੇ ਹਾਂ ਹਮੇਸ਼ਾ ਖੁਸ਼ ਹੁੰਦੇ ਆਏ ਹਾਂ ਨਗਰ ਕੀਰਤਾਂ ਤੇ ਹੁੰਦਾ ਆਪਣੇ ਗੁਰੂ ਘਰਾਂ ਤੇ ਪੋਸਟਾਂ ਮਿਲਦੀਆਂ अपने बच्चिया क्योंकि देखो महाराज ने किन्नी सोहनी अपनी बणत बनाई आ बिलकुल बिलकुल बस यही कहना महाराज दे जंग युद्ध चल रहे शहीदियां पै रही सिंघां दीआं परिवार शहीद हो रहा ਹੁਣ ਜੇ ਆ ਛੁੱਟੀਆਂ ਆਪਾਂ ਉਧਰ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਆ ਰਿਹਾ ਜੀ 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 ਆ ਛੁੱਟੀਆਂ ਜਿਹੜੀਆਂ ਕ੍ਰਿਸਮਸ ਦੀਆਂ ਆ ਜੇ ਹੁਣ ਇਹ ਆਪਾਂ ਹੋਰ ਬਦਲ ਕੇ ਇਹ ਦਿਨ ਹੁੰਦੇ ਆਪਾਂ ਇੰਨਾ ਟਾਈਮ ਨਹੀਂ ਸੀ ਲੈ ਸਕਦੇ ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਆਪਣਾ ਕੰਮ ਕਾਜ ਛੱਡ ਕੇ ਆਪਾਂ ਇਹ ਬਹੁਤ ਸਮਰਪਿਤ ਸ਼ਹੀਦਾਂ ਨੂੰ ਕਰ ਰਹੇ ਆ ਧੰਨ ਉਹ ਸ਼ਹੀਦ ਸਿੰਘ ਆ ਧੰਨ ਮਹਾ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਆ ਤੇ ਉਸ ਵੇਲੇ ਜਿਸ ਵੇਲੇ ਮਾਤਾ ਗੁਜਰ ਕੇ ਉਹਦਾ ਵਿਛੋੜਾ ਪਿਆ ਦੋਹਾਂ ਸਾਹਿਬਜ਼ਾਦਿਆਂ ਨਾਲ ਤੁਹਾਨੂੰ ਪਤਾ ਉੱਥੇ ਖੜਿਆ ਹੁੰਦਾ ਗੱਡਾ ਬਣਾ ਕੇ ਖੜਾ ਕੀਤਾ ਜਿੱਥੇ
ਸਾਹਿਬਜ਼ਾਦੇ ਨੂੰ ਗੰਗੂ ਬਾਹਮਣ ਲੈ ਕੇ ਗਿਆ ਉਸ ਵੇਲੇ ਉਹਨਾਂ ਦੇ ਜਿਹੜੇ ਮੋਹਰੇ ਬੋਲ ਜੋੜੇ ਸੀ ਉਹਨਾਂ ਦੇ ਅੱਖਾਂ ਚ ਵੀ ਅੰਸੂ ਆਏ ਸੀਗੇ ਤੇ ਗੰਗੂ ਕਿੱਧਰ ਨੂੰ ਲੈ ਕੇ ਚੱਲਿਆ ਇਹ ਤਾਂ ਹੈ ਹੀ ਆਪਣਾ ਮਹਾਰਾਜ ਨੇ ਇਸ ਰਾਹ ਤੇ ਸਾਨੂੰ ਕੰਡਿਆਂ ਦੇ ਵਿਛਾਉਣੇ ਤੇ ਆਪ ਪਏ ਆ ਬਹੁਤ ਬਹੁਤ ਧੰਨਵਾਦ ਭੈਣ ਜੀ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਨ ਮੇਰੇ ਭੈਣ ਜੀ ਹਰਭਜਨ ਕੌਰ ਜੀ ਆਪ ਜੀ ਤੇ ਅਸੀਂ ਧੰਨਵਾਦੀ ਹਾਂ ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हेलो हाँ जी भाई साहब जी सब तो पहला आप जी के बेनती है कि अपने टेलीविजन दी आवाज नु बंद कर दियो हेलो हेलो हाँ जी भाई खालसा भाई खालसा वाहेगुरु जी की फतेह भाई साहब जी अपने टेलीविजन दी आवाज नु बंद कर दियो हेलो हाँ जी भाई साहब जी तुसी दसो कौन बोल रहे हो केड़ी जगह हाँ जी मैं अजय सिंह बोल रहा जी इथों ओल्ड वरी तो आप जी नु जी आए हैं भाई साहब जी आज दे प्रोग्राम ते हाँ जी सारे मेरे वालों वाहेगुरु जी का खालसा वाहेगुरु जी की फतेह पहले प्रोग्राम देख रहे हैं बहुत वधिया तुसी जो चार गुरु साहब दे महाराज दे चार साहबजादियां दा शहीदी दिहाड़े दे संबंध अंदर ये सारा प्रोग्राम तुसी कर रहे जे धन्यवाद भाजी पर चलो बहुत सारे ने जिदा मैं सुनिया कि साहबजादियां दे कवितावां भी सुनाईयां उहनां दे शहीदी बारे इतिहास भी दस्सिया गया सारा कुछ पर महाराज किसी कवि ने कहा जिनका दिन मनाते हो तिनकी अरसा दात भी समझो जिनका दिन मनाते हो तिनकी बात भी समझो कहन तो भाव है कि जिन्ना साहबजादिया ने गुरु साहब ने जा साडे वास्ते कुर्बानियां कीतियां ओदा उन्हां दा सानू असल यही मैसेज है ते जिहड़े साडे अज नौजवान बच्चे जिहड़े आ ओह सिक्खी नूं बदावा लिख के दूर जा रहे आ पतित हो रहे आ सो इस बारे मैं बेनती करदा भाई तुसी ए भी टॉपिक रखो कि जिहड़े बच्चे जिहड़े जिन्ना जिहड़े सिक्खी नूं बदावा लिख के पतित हो रहे आ इत्थे भी इंडिया विच भी सो असल जिहड़ा साहिबजादां दा शहीदी दिहाड़ा मनाया होया जां ए जो विचारां चल रहीयां हन ए तां ही सफलियां हन जां श्री अखंड पाठ साहिब गुरु घरां दे अंदर आरंभ होए हन जो भी कुछ हो रहा चंगी गल है शहीदां नूं याद करना चाहीदा है पर जिहड़ी असल उहनां दी कुरबानी है असल जिहड़ा उहनां दे पिछे मैसेज है सो ਉਹ ਇਹੀ ਹੈ ਕਿ ਸਾਨੂੰ ਅੱਜ ਜੋ ਸਾਡੇ ਕੌਮ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਉਹਦੇ ਬਾਰੇ ਸਾਨੂੰ ਸਾਰਿਆਂ ਨੂੰ ਵਿਚਾਰ ਕਰਨੀ ਚਾਹੀਦੀ ਆ ਸੋ ਭੈਣ ਜੀ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਤੁਸੀਂ ਇਹ ਟੌਪਿਕ ਜ਼ਰੂਰ ਰੱਖਿਓ ਕਿ ਉਹਨਾਂ ਛੋਟੇ ਛੋਟੀਆਂ ਜਿੰਦਾਂ ਤੇ ਉਹਨਾਂ ਨੇ ਵੱਡੇ ਸਾਕੇ ਕੀਤੇ ਤੇ ਉਹਨਾਂ ਦੇ ਸਾਕਿਆਂ ਪਿੱਛੇ ਕੀ ਮੈਸੇਜ ਸਾਨੂੰ ਉਹਨਾਂ ਤੋਂ ਕੀ ਸਿੱਖਿਆ ਮਿਲਦੀ ਹੈ ਸੋ ਇਹੀ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਟੌਪਿਕ ਜ਼ਰੂਰ ਭਾਈ ਸਾਹਿਬ ਜੀ ਅਸੀਂ ਰੱਖਾਂਗੇ ਇਸ ਟੌਪਿਕ ਨੂੰ ਵੀ ਰੱਖਾਂਗੇ ਪਰ ਤੁਸੀਂ ਵੀ ਥੋੜਾ ਜਿਹਾ ਤੁਹਾਨੂੰ ਕੀ ਲੱਗ ਰਿਹਾ ਕਿ ਕਿਉਂ ਹੋ ਰਿਹਾ ਇਸ ਤਰ੍ਹਾਂ ਚਲੋ ਜੀ ਇਹ ਤੇ ਹੁੰਦਾ ਉਹ ਤੇ ਮਹਾਰਾਜ ਦਾ ਜਿੱਦਾਂ ਭਾਣਾ ਹੁੰਦਾ ਵਾ ਜੋ ਜਿਵੇਂ ਜਿਵੇਂ ਜੋ ਹੁਕਮ ਉਹਦਾ ਹੋਣਾ ਉਵੇਂ ਉਵੇਂ ਸੰਸਾਰ ਦੇ ਵਿੱਚ ਹੁੰਦਾ ਜੀ ਪਰ ਫਿਰ ਵੀ ਸਾਨੂੰ ਇਹ ਜਿਹੜਾ ਮੀਡੀਆ ਇਹ ਇੱਕ ਬਹੁਤ ਤਗੜਾ ਪ੍ਰਚਾਰ ਦਾ ਸਾਧਨ ਆ ਅੱਗੇ ਵੀ ਤੁਸੀਂ ਬਹੁਤ ਪ੍ਰੋਗਰਾਮ ਕਰ ਰਹੇ ਹੋ ਜਿੱਦਾਂ ਸਿੱਖੀ ਵਾਸਤੇ ਜਾਂ ਹੋਰ ਵੀ ਸਾਡੇ ਜੋ ਮੁਸ਼ਕਲਾਂ ਸਾਨੂੰ ਦੇਸਾਂ ਪ੍ਰਦੇਸਾਂ ਵਿੱਚ ਆਉਂਦੀਆਂ ਬਹੁਤ ਚੰਗੀ ਗੱਲ ਆ ਪਰ ਜਿਹੜਾ ਮੀਡੀਆ ਤੋਂ ਬੱਚੇ ਵੀ ਦੇਖਦੇ ਹੋਰ ਵੀ ਇਹਨਾਂ ਨੂੰ ਬਹੁਤ ਸਿੱਖਿਆ ਮਿਲਦੀ ਇਸ ਕਰਕੇ ਮੈਂ ਬੇਨਤੀ ਕੀਤੀ ਆ ਬਹੁਤ ਵਧੀਆ ਭਾਈ ਸਾਹਿਬ ਜੀ ਅਸੀਂ ਜ਼ਰੂਰ ਇਸ ਬਾਰੇ ਵੀ ਇੱਕ ਨਾ ਇੱਕ ਦਿਨ ਟੌਪਿਕ ਜ਼ਰੂਰ ਲੈ ਕੇ ਆਵਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਚੰਗਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ ਫਤਿਹ ਦੀ ਸਾਂਝ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਕੌਣ ਬੋਲ ਰਹੇ ਹੋ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਹਾਂਜੀ ਅਸੀਂ ਸਪੇਨ ਤੋਂ ਬੋਲਦੇ ਹਾਂ ਮੈਂ ਸਰਜੀਤ ਕੌਰ ਬੋਲਦੀ ਹਾਂ ਆਪ ਜੀ ਨੂੰ ਜੀ ਆਇਆਂ ਭੈਣ ਜੀ ਅੱਜ ਦੇ ਪ੍ਰੋਗਰਾਮ ਤੇ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹੋ ਭੈਣ ਜੀ ਮੈਂ ਬੋਲੂੰਗੀ ਹਾਂਜੀ 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 ਭੈਣ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਨ ਮਾਂ ਗੁਜਰੀ ਦਾ ਸੁੱਤਾ ਕੰਡਿਆਂ ਦੀ ਸ਼ੇਜ ਵਿਛਾਈ ਸੀਨੇ ਨਾਲ ਤੇਗ ਲਾ ਲਈ ਜਦੋਂ ਜਦ ਪੁੱਤਰਾਂ ਦੀ ਆਈ ਸੀਨੇ ਨਾਲ ਤੇਗ ਲਾ ਲਈ ਜੀਤ ਤੇਜ ਜਾਰ ਵੱਡੜੇ ਜੀਤ ਤੇਜ ਜਾਰ ਵੱਡੜੇ ਜੋਰਾ ਵਾਰ ਤੇ ਫਤਿਹ ਸਿੰਘ ਛੋਟੇ ਤਾਰਿਆਂ ਨੇ ਰੋਕੇ ਪੁੱਛਿਆ ਕਿੱਥੇ ਗਏ ਨੇ ਜਿਗਰ ਦੇ ਟੋਟੇ ਤਾਰਿਆਂ ਨੇ ਰੋਕੇ ਪੁੱਛਿਆ
एक जोड़ी जंग विच ते दूजी कंध विच शहीद करवाई तन माता गुजरी दा सुता कंडियां दी शेज विशाई तन माता गुजरी दा सुता कंडियां दी शेज विशाई सीने नाल तेग ला लई जदों जाद पुत्रां दी आई सीने नाल तेग ला लई वाहिगुरु जी का खालसा वाहिगुरु जी की फतेह। ਇਹ ਸਨ ਸਾਡੇ ਭੈਣ ਜੀ ਸਰਬਜੀਤ ਕੌਰ ਜੀ ਸਪੇਨ ਤੋਂ। ਆਪ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ ਭੈਣ ਜੀ। ਹਾਂਜੀ ਜੀ, ਆਪਣਾ ਨਾਮ ਦੱਸੋ ਦੱਸੋ ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਇਹ ਸਤਨਾਮ ਸਿੰਘ ਬੋਲ ਰਹੇ ਹਾਂ ਜੀ, ਲੈਸਟਰ ਤੋਂ ਆ। ਆਪ ਜੀ ਨੂੰ ਜੀ ਆਏ ਹਾਂ ਭਾਈ ਸਾਹਿਬ ਜੀ, ਅੱਜ ਦੇ ਪ੍ਰੋਗਰਾਮ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਭੈਣ ਜੀ, ਸਭ ਤੋਂ ਪਹਿਲਾਂ ਤਾਂ ਸ਼ਹੀਦਾਂ ਨੂੰ ਬਹੁਤ ਬਹੁਤ ਪ੍ਰਣਾਮ ਹੈ ਸਾਡੇ ਸਾਰਿਆਂ ਵੱਲੋਂ ਜੀ। ਉਸ ਤੋਂ ਉਪਰੰਤ ਬੇਨਤੀ ਕਰਦਾ ਚੱਲਾ ਕਿ ਇਤਿਹਾਸ ਦੇ ਝਰੋਖੇ ਵਿੱਚ ਜਦੋਂ ਆਪਾਂ ਝਾਤੀ ਮਾਰਾਂਗੇ ਜੀ, ਤਾਂ ਮੇਰੇ ਵੀਰ ਇੱਕ ਆਏ ਸੀ, ਉਹ ਕਹਿ ਗਏ ਵੀ ਕੱਲ ਗਦਾਰਾਂ ਦੀ ਗੱਲ ਜਾਂ ਕੀਤੀ ਗਈ ਹੈ ਨਾ, ਤੇ ਬੇਨਤੀ ਕਰਾਂ ਕਿ ਜਦੋਂ ਸੱਚਾਈ ਦੀ ਗੱਲ ਹੋਵੇਗੀ ਤੇ ਨਾਲ ਝੂਠ ਨੂੰ ਲਾਣ ਤਾਂ ਪੈਂਦੀਆਂ ਰਹਿਣਗੀਆਂ। ਬਾਬਾ ਬੁੱਲੇ ਸ਼ਾਹ ਦੇ ਦੋ ਗੱਲਾਂ ਯਾਦ ਆ ਗਈਆਂ ਜੀ। ਕਹਿੰਦੇ ਨੇ ਵੀ ਝੂਠ ਆਖਾਂ ਤਾਂ ਕੁਝ ਬਚਦਾ ਏ, ਸੱਚ ਆਖਾਂ ਤਾਂ ਭਾਂਬਣ ਮੱਚਦਾ ਏ, ਪਰ ਜੀਭਾ ਜੱਚ ਜੱਚ ਕਹਿੰਦੀ ਏ, ਸੱਚ ਬੋਲਣ ਤੋਂ ਨਾ ਰਹਿੰਦੀ। ਸਿੱਖ ਧਰਮ, ਸਿੱਖ ਪੰਥ, ਸਿੱਖ ਕੌਮ ਹਮੇਸ਼ਾ ਸੱਚ ਲਈ ਜੂਝੀ ਹੈ, ਸੱਚ ਲਈ ਜੂਝਦੀ ਰਹੇਗੀ। ਔਰ ਜਿਹੜਾ ਪ੍ਰਣਾਮ ਹੈ ਉਹ ਤਾਂ ਅਕਾਲ ਪੁਰਖ ਦੇ ਹੱਥ ਵਿੱਚ ਹੈ, ਪਰ ਜੇ ਅਸੀਂ ਇਸ ਕਰਕੇ ਸੱਚ ਕਹਿਣਾ ਛੱਡ ਦੇਈਏ ਤਾਂ ਫਿਰ ਸਿੱਖ ਧਰਮ ਦੇ ਅਨੁਕੂਲ ਗੱਲ ਨਹੀਂ ਹੋਏਗੀ। ਬਿਲਕੁਲ ਬਿਲਕੁਲ। ਸੋ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਚੱਲਾਂ ਕਿ ਸਾਡਾ ਫਰਜ਼ ਬਣਦਾ ਸੀ ਸੱਚ ਕਹੀਏ, ਸੱਚ ਬੋਲੀਏ ਤੇ ਸੱਚ ਤੇ ਪਹਿਰਾ ਦਈਏ, ਸਾਡੀ ਸ਼ਹਾਦਤਾਂ ਦਾ ਤਾਂ ਹੀ ਅਸਲ ਮੁੱਲ ਪੈ ਸਕੇਗਾ, ਔਰ ਤਾਂ ਹੀ ਅਸੀਂ ਸ਼ਹੀਦਾਂ ਨੂੰ ਸੱਚੀ ਸ਼ਰਧਾ ਭੇਟ ਕਰ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੇਰੇ ਵੀਰ ਜੀ ਸਤਨਾਮ ਸਿੰਘ ਜੀ ਗਲੈਸਟਰ ਤੋਂ। ਆਪ ਜੀ ਦਾ ਅਸੀਂ ਧੰਨਵਾਦੀ ਹਾਂ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਆਪਣਾ ਨਾਮ ਦੱਸੋ ਦੱਸੋ ਕਿਹੜੀ ਜਗ੍ਹਾ ਤੋਂ ਬੋਲਦੇ? ਮੈਂ ਰਜਿੰਦਰ ਕੌਰ ਬੋਲਦੀ ਬੋਲਸਲ ਤੋਂ। ਆਪ ਜੀ ਨੂੰ ਜੀ ਆਇਆਂ ਅੱਜ ਦੇ ਪ੍ਰੋਗਰਾਮ ਤੇ ਭੈਣ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਭੈਣ ਜੀ ਕਵਿਤਾ ਪੜ੍ਹਨੀ ਸੀ, ਛੋਟੀ ਜਿਹੀ ਆ। ਹਾਂਜੀ ਜ਼ਰੂਰ ਜੀ। ਹਾਂਜੀ, ਕਵਿਤਾ ਦਾ ਟਾਈਟਲ ਹੈ ਸਾਹਿਬਜ਼ਾਦਿਆਂ ਜੋ ਦਿੱਤੀ ਕੁਰਬਾਨੀ। ਜੀ, ਸਾਹਿਬਜ਼ਾਦਿਆਂ ਜੋ ਦਿੱਤੀ ਕੁਰਬਾਨੀ ਉਹ ਦੁਨੀਆਂ ਨੇ ਨਹੀਂ ਭੁਲਾਣੀ, ਜਿਹੜੀ ਖੂਨ ਨਾਲ ਲਿਖਤੀ ਕਹਾਣੀ ਉਹ ਦੁਨੀਆਂ ਨੇ ਨਹੀਂ ਭੁਲਾਣੀ। ਵਿੱਚ ਚਮਕੌਰ ਕੀਤਾ ਬੈਰੀਆਂ ਨੇ ਜੁੱਧ ਸੀ, ਵਿੱਚ ਚਮਕੌਰ ਕੀਤਾ ਬੈਰੀਆਂ ਨੇ ਜੁੱਧ ਸੀ, ਅਜੀਤ ਤੇ ਜੁਝਾਰ ਪਏ ਜੰਗ ਵਿੱਚ ਕੁੱਦ ਸੀ। ਰਹੀ ਤੇਗਾ ਨਾਲ ਖੇਡਦੀ ਜਵਾਨੀ ਉਹ ਦੁਨੀਆਂ ਨੇ ਨਹੀਂ ਭੁਲਾਣੀ, ਜਿਹੜੀ ਖੂਨ ਨਾਲ ਲਿਖਤੀ ਕਹਾਣੀ ਉਹ ਦੁਨੀਆਂ ਨੇ ਨਹੀਂ ਭੁਲਾਣੀ। ਛੋਟੇ ਬੱਚਿਆਂ ਵੀ ਦਾਗ ਧਰਮ ਨੂੰ ਲਾਏ ਨਾ, ਛੋਟੇ ਬੱਚਿਆਂ ਵੀ ਦਾਗ ਧਰਮ ਨੂੰ ਲਾਏ ਨਾ, ਕੰਧ ਵਿੱਚ ਖੜੇ ਰਹੇ ਚਿਹਰੇ ਕਮਲਾਏ ਨਾ, ਕੰਧ ਵਿੱਚ ਖੜੇ ਰਹੇ ਚਿਹਰੇ ਕਮਲਾਏ ਨਾ, ਸਗੋਂ ਪੜ੍ਹਦੇ ਰਹੇ ਗੁਰਬਾਣੀ ਉਹ ਦੁਨੀਆਂ ਨੇ ਨਹੀਂ ਭੁਲਾਣੀ, ਜਿਹੜੀ ਖੂਨ ਨਾਲ ਲਿਖਤੀ ਕਹਾਣੀ ਉਹ ਦੁਨੀਆਂ ਨੇ ਨਹੀਂ ਭੁਲਾਣੀ। ਧੰਨ ਤੇਰੀ ਸਿੱਖੀ ਏ ਤੇ ਧੰਨ ਤੇਰੇ ਲਾਲ ਨੇ, ਧੰਨ ਤੇਰੀ ਸਿੱਖੀ ਏ ਤੇ ਧੰਨ ਤੇਰੇ ਲਾਲ ਨੇ, ਹੱਸ ਕੇ ਸ਼ਹੀਦੀ ਦਿੱਤੀ ਕਰ ਗਏ ਕਮਾਲ ਨੇ, ਸਾਰੇ ਜੱਗ ਵਿੱਚ ਛਾ ਗਈ ਹੈਰਾਨੀ ਉਹ ਦੁਨੀਆਂ ਨੇ ਨਹੀਂ ਭੁਲਾਣੀ, ਜਿਹੜੀ ਖੂਨ ਨਾਲ ਲਿਖਤੀ ਕਹਾਣੀ ਉਹ ਦੁਨੀਆਂ ਨੇ ਨਹੀਂ ਭੁਲਾਣੀ। ਛੋਟੇ ਹੋ ਕੇ ਵੱਡੇ ਕੰਮ ਕੀਤੇ ਜੋ ਦਲਾਰਿਆਂ, ਛੋਟੇ ਹੋ ਕੇ ਵੱਡੇ ਕੰਮ ਕੀਤੇ ਜੋ ਦਲਾਰਿਆਂ, ਬੜਾ ਸਤਿਕਾਰ ਆਏ ਅਰਸ਼ਾਂ ਦੇ ਤਾਰਿਆਂ, ਬੜਾ ਸਤਿਕਾਰ ਆਏ ਅਰਸ਼ਾਂ ਦੇ ਤਾਰਿਆਂ, ਅੱਜ ਜੱਗ ਅੱਜ ਤੱਕ ਆਖਦਾ ਜਵਾਨੀ
ਉਹ ਦੁਨੀਆਂ ਨੇ ਨਹੀਂ ਭੁਲਾਣੀ, ਜਿਹੜੀ ਖੂਨ ਨਾਲ ਲਿਖਤੀ ਕਹਾਣੀ, ਉਹ ਦੁਨੀਆਂ ਨੇ ਨਹੀਂ ਭੁਲਾਣੀ, ਜਿਹੜੀ ਖੂਨ ਨਾਲ ਲਿਖਤੀ ਕਹਾਣੀ, ਉਹ ਦੁਨੀਆਂ ਨੇ ਨਹੀਂ ਭੁਲਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਪੰਜੀ ਰਜਿੰਦਰ ਕੌਰ ਜੀ ਬੋਲਸਲ ਤੋਂ, ਆਪ ਜੀ ਦਾ ਅਸੀਂ ਧੰਨਵਾਦੀ ਹਾਂ, ਤੁਸੀਂ ਬਹੁਤ ਹੀ ਵਧੀਆ ਕਵਿਤਾ ਸੁਣਾ ਕੇ ਗਏ ਹੋ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪਣਾ ਨਾਮ ਦੱਸੋ, ਦੱਸੋ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਮੈਂ ਜੋਬਨ ਸਿੰਘ ਇਟਲੀ ਤੋਂ ਬੋਲਦਾ ਜੀ। ਆਪ ਜੀ ਨੂੰ ਜੀ ਆਇਆਂ। ਭਾਈ ਸਾਹਿਬ ਜੀ, ਅੱਜ ਦੇ ਪ੍ਰੋਗਰਾਮ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਬਹੁਤ ਵਧੀਆ ਪ੍ਰੋਗਰਾਮ, ਮੈਂ ਹੀ ਸਾਡਾ ਹਰ ਸ਼ਨੀਵਾਰ ਵੇਖਦੇ ਜੀ, ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਜੀ। ਧੰਨਵਾਦ ਭਾਜੀ। ਤੇ ਮੈਂ ਬਾਜਾਂ ਵਾਲੇ ਸਤਿਗੁਰ ਦੇ ਕੁਛ ਲਾਈਨਾਂ ਬੋਲਣੀਆਂ ਚਾਹਾਂਗਾ, ਥੋੜੇ ਜਿਹੇ ਸ਼ਾਰਟਕਟ ਚ ਜੀ, ਤੇ ਬੜੇ ਪਿਆਰ ਨਾਲ ਸਰਵਣ ਕਰਨੀਆਂ ਜੀ। ਦਸਵੇਂ ਪਾਤਸ਼ਾਹ ਦੇ ਜਿਹੜੇ ਆਹ ਮਹੀਨਾ ਜੀ, ਸਾਰਾ ਪਰਿਵਾਰ ਇੱਕ ਹਿਸਾਬ ਨਾਲ ਵੀ 16 ਤੋਂ ਵੱਧ ਜੀ ਸਤਿਗੁਰਾਂ ਦੇ ਸ਼ਹੀਦ ਹੋਏ ਨੇ ਜੀ। ਤੇ ਬਾਜਾਂ ਵਾਲੇ ਦੀ ਦੇਣ ਕੌਮ ਦੇ ਹੀ ਨੀ ਸਕਦੀ ਜੀ। ਵੇਖੋ, ਬਾਜਾਂ ਵਾਲੇ ਦੇ ਇੰਨੇ ਪਰਿਵਾਰ ਦੇ ਸ਼ਹੀਦ ਮੈਂਬਰ ਹੋਏ, ਪਰ ਬਾਜਾਂ ਵਾਲੇ ਨੇ ਵੇਖੋ ਕਿਸੇ ਨੂੰ ਆਪਣੇ ਹੱਥੀਂ ਇਸ਼ਨਾਨ ਨੀ ਕਰਾਇਆ, ਕਿਸੇ ਨੂੰ ਆਪਣੇ ਹੱਥੀਂ ਆਪਣੇ ਪੁੱਤਰਾਂ ਦੇ ਵੀ ਉੱਤੇ ਖੱਫਣ ਨੀ ਪਾਇਆ, ਤੇ ਕਿਸੇ ਨੂੰ ਵੀ ਆਪ ਲਾਂਬੂ ਨੀ ਲਾਇਆ ਸਵਾਏ ਪਿਤਾ ਦੇ ਸ਼ੀਸ਼ ਤੋਂ। ਤੇ ਮੈਂ ਉਹਨਾਂ ਦੇ ਬਾਬਤ ਕੁਛ ਬੋਲਣ ਲੱਗਾ। ਜ਼ਰੂਰ ਜੀ, ਹਾਂਜੀ। 9 ਸਾਲ ਦੀ ਉਮਰ ਨਿਆਰੀ, ਸਿਰੋਂ ਉੱਠਿਆ ਪਿਤਾ ਦਾ ਛਾਇਆ, ਇੱਕ ਸਿਰ ਦੀ ਦੇ ਕੁਰਬਾਨੀ, ਪੰਜਾਂ ਨੂੰ ਆਪ ਛਟਕਾਇਆ, ਸਿਰ ਲੈਣ ਦੇਣ ਦੇ ਦਾਤਾ, ਦੁਨੀਆਂ ਦੇ ਕਾਰਜ ਨਿਆਰੇ, ਨੀਲੇ ਦੇ ਅਸ਼ਾਸ ਵਾਲਾ, ਤੇਰੇ ਚਰਨਾਂ ਤੋਂ ਬਲਹਾਰੇ, ਨੀਲੇ ਦੇ ਅਸ਼ਾਸ ਵਾਲਾ, ਦੋਨੇਂ ਪਖੇ ਅੰਗਿਆਰੇ, ਚੱਟ ਉੱਠੀ ਪਲਕ ਜਵਾਲਾ, ਫਿਰ ਲੜਿਆ ਜੁੱਧ ਤਗਾਣੀ, ਦੁਸ਼ਮਣ ਦਾ ਥੱਕ ਕੇ ਚਾਲਾ, ਵੈਰੀ ਨੂੰ ਭਾਜੜ ਪੈ ਗਈ, ਜਦ ਵੇਖੇ ਹੱਥ ਕਰਾਰੇ, ਨੀਲੇ ਦੇ ਅਸ਼ਵਾ ਤੇਰੇ ਚਰਨਾਂ ਤੋਂ ਬਲਹਾਰੇ, ਨੀਲੇ ਦੇ ਅਸ਼ਵਾਰਾ, ਅੱਜ ਕਿਲਾ ਵੇਖ ਕੇ ਖਾਲੀ, ਬੜੀ ਖੁਸ਼ੀ ਮਨਾਈ, ਪਰਿਵਾਰ ਵਿਛੋੜਾ ਪਾਤਾ, ਸਰਸਾ ਦੀਆਂ ਖੂਨੀ ਲਹਿਰਾਂ, ਮਾਂ ਗੁਜਰੀ ਦੇ ਨਾਲ ਤੁਰ ਗਏ, ਮਾਂ ਗੁਜਰੀ ਦੇ ਨਾਲ ਤੁਰ ਗਏ, ਵਿਛੜ ਕੇ ਲਾ ਦਲਾਰੇ, ਸਵਾਰਾ ਤੇਰੇ ਚਰਨਾਂ ਤੋਂ ਬਲਹਾਰੇ, ਨੀਲੇ ਦੇ ਅਸ਼ਵਾਰਾ, ਚੰਨ ਨਾਲੋਂ ਸੋਹਣੇ ਮੁੱਖੜੇ, ਦੋ ਛਪਗੇ ਵਿੱਚ ਦੀਵਾਰਾ, ਤਨ ਮਾਂ ਗੁਜਰੀ ਦਾ ਜੇਰਾ, ਜਿਨ ਚੱਲੇ ਦੁੱਖ ਹਜ਼ਾਰਾਂ। ਥੈਂਕ ਯੂ ਭਾਈ ਸਾਹਿਬ ਜੀ। ਆਈ ਥਿੰਕ ਫੋਨ ਕਾਲ ਜਿਹੜੀ ਹੈ ਉਹ ਥੋੜ੍ਹੀ ਜਿਹੀ ਪ੍ਰੋਬਲਮ ਕਰ ਰਹੀ ਸੀ, ਤਾਂ ਡਿਸਕਨੈਕਟ ਹੋ ਗਈ ਲੱਗਦਾ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਡੇ ਕੋਲ ਅਗਲੇ ਕਾਲਰ ਆ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਆਪਣਾ ਨਾਮ ਦੱਸੋ, ਦੱਸੋ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ, ਮੈਂ ਡੌਨਕਾਸਟਰ ਤੋਂ ਬੋਲ ਰਹੀ ਹਾਂ। ਨਾਮ ਕੀ ਹੈ ਭੈਣ ਜੀ? ਢਿੱਲੋਂ ਮੇਰਾ ਨਾਮ ਹੈ। ਸੋਰੀ, ਸੁਖਮਿੰਦਰ ਕੌਰ ਢਿੱਲੋਂ। ਆਪ ਜੀ ਨੂੰ ਜੀ ਆਇਆਂ ਅੱਜ ਦੇ ਪ੍ਰੋਗਰਾਮ ਤੇ। ਭੈਣ ਜੀ ਕੀ ਕਹਿਣਾ ਚਾਹੁੰਦੇ ਹੋ? ਦੇਖ ਰਹੇ ਸੁਣਦੇ ਬਹੁਤ ਵਧੀਆ ਲੱਗ ਰਿਹਾ। ਸਭ ਤੋਂ ਪਹਿਲਾਂ ਤਾਂ ਤੁਸੀਂ
तकरीबन जिथे आपां शरदा दे फुल अर्पण कर रहे हां साहिबजादियां नूं शहीदां नूं उथे नालों नाल तुहानू तुसीं वधाई दे पात्र जिहड़े कि सिक्खी नूं फैलाउण वास्ते सिक्खी दे बूटे नूं प्रफुल्लित करन नूं अपना योगदान पा रहे हो। आप जी दा बहुत बहुत धन्यवाद भैन जी। हाँ जी, इस करके मैं भी थोड़ा बहुत बहुत धन्यवाद कर दिया। मेरे इसे करके मेरा भी मन दिख रहा है। मैं भी छोटे साहबजादे की कविता एक छोटी जी बोला। जी जी जी, छोटी जी भैन जी, तो जरूर। हाँ जी, क्योंकि अज जी लोड़ है कि अज बच्चे साढ़े को दूर होंगे, क्योंकि सारे मतलब सिखी तो क्यों दूर होंगे ने, क्योंकि उन्होंने को दादी माँ दी सिक्ख्यावां नहीं हैगियां। छोटे साहबजादे को दादी माँ की सिक्ख्या सी। देखो दादी माँ ने सिक्ख्या दिती, माता गुजरी जी ने, माता गुजर कौर जी ने जो सिक्ख्या दिती सी उस वेले कचहरी जाण तो पहला अपने वड्डे वडेरां नूं याद कराउंदे होए धर्म दे विच प्रपक्ष रहण वास्ते, ते ओह तुहाडे सामने कविता हो रही है। जरूर जी। आख्या सी दादी ने बच्चियो देखियो डोल न जाना फिर ते मन लेना वे तुसी अकाल परखदा पाणा सी थोड़े वड्डियां ने पुत्रो हिंदू धर्म बचाया सी थोड़े दादे ने बच्चियो सिर नाल सिदक निवाया सी थोड़े दादे ने बच्चियो सिर नाल सिदक निवाया अज सूबे जालम ने सदिया थोनू अपने कोले ओ राज भी देवेगा नाले देवतियां दे डोले मन्यो ना दीन तुसी जेकर सूबे ने परमाया सी थोड़े दादे ने पुत्रो सिर नाल सिदक निवाया सी थोड़े दादे ने बच्चियो सिर नाल सिदक निवाया धर्मी पुत छतरी दे कदे मात कलों नहीं डर दे ओ देश ते काम लई हस के मौत लड़ी नूं वर दे खुशियां विच जांदे ने पिछे पैर न कदे हटाया सी थोड़े दादे ने पुत्रो सिर नाल सिदक निवाया हो मरे अधर्मी जो खांदे दो जिख दे विच मारा दुनिया ते ओना नू देखो पेंदियां ने फटकारा लोकी सब कहंदे ने खोटा पुत्र माने जाया सी थोड़े दादे ने पुत्रो सिर नाल सिदक निवाया दादे दे वांगू वे धर्म दी होण न दे हानी दुनिया ते बंदे दी बचियो कोई दिन दी जिंदगानी सब ने चल जाना है एथे किसे न पैर जमाया सी थोड़े दादे ने पुत्रो सिर नाल सिदक निवाया सिखिया दे पोत्यां नूं दादी नाल सिपाहियां कल्ले दुनिया ते जिउंदे ने हुंदा धर्म जिन्हां दे पल्ले ढिल्लों के दादी ने बच्चां नूं प्यार नाल समझाया सी थोड़े दादे ने पुत्रो सिर नाल सिदक निवाया सी थोड़े दादे ने बच्चियो सिर नाल सिदक निवाया। ਧੰਨਵਾਦ ਭੈਣ ਜੀ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸਨ ਭੈਣ ਜੀ ਸੁਖਵਿੰਦਰ ਕੌਰ ਢਿੱਲੋਂ ਜੀ ਡਨਕਾਸਟਰ ਤੋਂ ਬਹੁਤ ਹੀ ਵਧੀਆ ਕਵਿਤਾ ਸੁਣਾ ਕੇ ਗਏ ਨੇ। ਸਾਡੇ ਕੋਲ ਹੁਣ ਲਾਸਟ ਕਾਲਰ ਨੇ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ, ਉਹਨਾਂ ਨਾਲ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਆਪਣਾ ਨਾਮ ਦੱਸੋ, ਦੱਸੋ ਕਿਹੜੀ ਜਗ੍ਹਾ ਤੋਂ? ਮੈਂ ਤਾਂ ਬਰਮਿੰਘਮ ਤੋਂ ਚਰਨਜੀਤ ਬੋਲਦੀ ਹਾਂ। ਆਪ ਜੀ ਨੂੰ ਜੀ ਆਇਆਂ ਭੈਣ ਜੀ, ਅੱਜ ਦੇ ਪ੍ਰੋਗਰਾਮ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਸ ਆਪਾਂ ਵੱਡੇ ਸਾਹਿਬਜ਼ਾਦਿਆਂ ਦੇ, ਛੋਟੇ ਸਾਹਿਬਜ਼ਾਦਿਆਂ ਨੂੰ ਆਪਾਂ ਸ਼ਹੀਦੀ ਸ਼ਰਧਾਂਜਲੀ ਪੇਸ਼ ਕਰਨੀ, ਕਵਿਤਾ ਬੋਲਣੀ, ਔਰ ਆਪਣੇ ਭੈਣ ਜੀ ਦਵਿੰਦਰ ਸਿੰਘ ਹੁਣਾਂ ਨੂੰ ਬੜੇ ਚਿਰ ਬਾਅਦ, ਦਵਿੰਦਰ ਕੌਰ ਹੁਣਾਂ ਨੂੰ ਬੜੇ ਚਿਰ ਬਾਅਦ ਦੇਖਿਆ। ਹਾਂਜੀ, ਤੇ ਮੈਂ ਉਦੋਂ ਤਾਂ ਪਹਿਲਾਂ ਫੋਨ ਕੀਤਾ ਸੀਗਾ ਤੇ ਹੁਣ ਕਾਫੀ ਖੁਸ਼ੀ ਹੋਈ ਆ ਕਿ ਜਦੋਂ ਵਾਪਸ ਆਏ ਤਾਂ ਹੁਣ ਮੈਂ ਇਹਨਾਂ ਨੂੰ ਦੇਖਿਆ। ਹਾਂਜੀ, ਹੁਣ ਭੈਣ ਜੀ ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਵਾਪਸ ਆਇਆ ਨੂੰ
3-2 महीने हो गए। हाँ जी, पर फिर मैं प्रोग्राम ते इत्थे नहीं सी ना। ठीक है पंजी, धन्यवाद आप जी दा। आप जी जड़ी कविता सुनानी चाहंदे हो साडे को थोड़े जे मिनट ने ते जरूर सुना सकदे हो। दो ना, चलो मैं दो लाइना सुना दंदी। ठीक है पंजी, धन्यवाद आप जी दा। ओके। झूठियां खसमां खा वैरी ने असली रंग दिखाया, चार चफेरों आ सिंगा नू जालमा घेरा पाया, जुद होआ कमसान दा सी वैरी बदला मंगू छा गए, कलगीधर दे पुत्रां वर्गे सिंह शहीदियां पा गए, वड्डे साहिबजादे आखण असी भी जंग नू जाइए, पिता जी सिरी सजाओ सहरे लाड़ी मौत व्याईए, वारो वारी जंग नू तोरे दो अखियां दे तारे, वैरी नू पै वक्त गया जदो छड़ दे जान जयकारे, दल वैरी दे मार मुकाए करते फीता फीता, लाड़ी मोत व्या पुत्रा ने जाम शहीदी पिता, छोटे दो सरहंद दे सुबे नीहां विच खलारे, ओ जी हो, छोटे दो सरहंद दे सुबे नीहां विच खलारे, इंज दीवारी नाल चिणा के सिखी मैल सारे, पुत्रां वाले चाती मारो पुत्र जग निशानी, पर पिता दशमेश जी ई तन है तन ओ तुहाडी कुरबानी, तीज कोटले वाले दा ते तीर न दब उखाड़ी, मुगल राज दी चादर दा ते लीरां करके पाड़ी, ਫੋਨ ਕਾਲ ਜਿਹੜੀਆਂ ਨੇ ਨਹੀਂ ਲੈ ਸਕਦੇ। ਸੋ ਜੇ ਤੁਸੀਂ ਫੋਨ ਕਾਲ ਲਈ ਵੇਟ ਕਰ ਰਹੇ ਹੋ ਸਾਡੇ ਨਾਲ ਗੱਲ ਕਰਨ ਲਈ, ਤਾਂ ਅਸੀਂ ਔਨ ਏਅਰ ਤੁਹਾਡੇ ਨਾਲ ਹੋਰ ਗੱਲ ਨਹੀਂ ਕਰ ਸਕਦੇ। ਤੁਸੀਂ ਜ਼ਰੂਰ ਜੇ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਆਫਟਰ ਸ਼ੋ ਥੋੜੀ ਦੇਰ ਦੇ ਵਿੱਚ ਫਿਨਿਸ਼ ਹੋ ਜਾਵੇਗਾ, ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਤੇ ਅਖੀਰ ਦੇ ਵਿੱਚ ਪੰਜੀ ਗੁਰਵਿੰਦ ਕੌਰ ਜੀ, ਮੈਂ ਉਹ ਕਵਿਤਾ ਜ਼ਰੂਰ ਸੁਣਨੀ ਚਾਹਾਂਗੀ। ਮੈਂ ਨਾ ਜਿਹੜੀ ਆਪਾਂ ਗੱਲ ਕਰਦੇ ਸੀ ਛੋਟੇ ਸਾਹਿਬਜ਼ਾਦਿਆਂ ਦੀ, ਆਪਾਂ ਸ਼ਹੀਦੀ ਦਿਹਾੜਾ ਜਿੱਦਾਂ ਭਾਈ ਸਾਹਿਬ ਨੇ ਕਹਿ ਕੇ ਆਪਾਂ ਸਿਰਫ ਜਿਹੜੇ ਦਿਹਾੜੇ ਮਨਾਉਣ ਤੱਕ ਰਹਿ ਗਏ ਹਾਂ। ਹਾਂਜੀ, ਜਿਹੜਾ ਸਾਨੂੰ ਉਹਨਾਂ ਨੇ ਰਸਤਾ ਦੱਸਿਆ ਨਾ, ਜੋ ਸਾਨੂੰ ਉਹਨਾਂ ਨੇ ਜਿਹੜੇ ਰਸਤੇ ਪੂਰਨਿਆਂ ਤੇ ਪਾਉਣ ਲਈ ਕਿਹਾ ਆ, ਅਸੀਂ ਉਹਨਾਂ ਤੇ ਵੀ ਚੱਲਣਾ। ਸਿਰਫ ਆਪਾਂ ਹੁਣ, ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਆਪਣੇ ਕੋਲ ਇੰਨੀਆਂ ਕਵਿਤਾਵਾਂ। ਮੈਨੂੰ ਤਾਂ ਕਿਤੇ ਕਿਤੇ ਇੱਦਾਂ ਲੱਗਦਾ ਸੀ ਉਹ ਭਾਜੀ ਇੱਕ ਆਏ ਸੀ, ਉਹਨਾਂ ਨੇ ਇੰਨਾ ਸੋਹਣਾ, ਇਟਲੀ ਤੋਂ ਸੀ ਮੇਰਾ ਖਿਆਲ, ਮੈਨੂੰ ਯਮਲਾ ਜੱਟ ਚਿੱਤੇ ਆ ਗਏ, ਕਿੰਨੀਆਂ ਸੋਹਣੀਆਂ ਆਵਾਜ਼ਾਂ ਦੇ ਵਿੱਚ, ਕਿੰਨੇ ਸੋਹਣੇ ਮਤਲਬ ਕਿ ਜਿਹੜੀਆਂ ਕਵਿਤਾਵਾਂ ਆ, ਜਿਹੜੀ ਸ਼ਰਧਾਂਜਲੀ ਨੇ ਉਹਨਾਂ ਨੇ ਆਪਣੇ ਵੱਲੋਂ ਭੇਟ ਕੀਤੀ ਹੈਗੀ ਆ ਨਾ, ਤੇ ਨੈਚੁਰਲੀ ਆ ਕੇ ਤੁਹਾਨੂੰ ਆਨੰਦ ਜਿਹੜਾ ਅੰਦਰੋਂ ਆਉਂਦਾ ਨਾ, ਤੇ ਆਪਣੇ ਸ਼ਹੀਦਾਂ ਦੀਆਂ ਜਿਹੜੀਆਂ ਕਵਿਤਾਵਾਂ ਆ ਜਾਂ ਉਹਨਾਂ ਦਾ ਸ਼ਬਦ ਕੀਰਤਨ ਸੁਣ ਕੇ ਉਹਨਾਂ ਮਨ ਆਨੰਦ ਆਉਂਦਾ ਹੀ ਆ। ਬਿਲਕੁਲ ਬਿਲਕੁਲ। ਤੇ ਆਪਾਂ ਇਹਦੇ ਪਿੱਛੇ ਜੇ ਝਾਤ ਮਾਰ ਕੇ ਥੋੜੀ ਦੇਖੀਏ, ਤੇ ਇਹ ਜਿਹੜੀ ਸ਼ਹਾਦਤ ਹੋਈ ਆ ਕਿ ਇਹਦੇ ਸਾਰੀ ਉਹਦੇ ਜਿਹੜਾ ਕਹਿੰਦੇ ਹੁੰਦੇ ਆ ਬੰਦੇ ਜਿਹੜਾ ਜੋ ਸ਼ਹਾਦਤ ਹੋਈ ਆ ਉਹਦਾ ਜਿਹੜਾ ਆਪਾਂ ਸਾਰਾ ਕ੍ਰੈਡਿਟ ਜਿਹੜਾ ਕਹਿ ਸਕਦੇ, ਹੁਣ ਇੰਗਲਿਸ਼ ਹੀ ਮੈਂ ਬੋਲੂੰਗੀ, ਉਹ ਕਿਹਦੇ ਸਿਰ ਤੇ ਜਾਂਦਾ? ਮਾਤਾ ਗੁਜਰ ਕੌਰ ਜੀ ਦੇ। ਮੈਨੂੰ ਹਨਾ, ਮੈਂ ਥੋੜੀਆਂ ਜਿਹੀਆਂ, ਮੈਨੂੰ ਲੱਗਦਾ ਕਿ ਮੇਰੇ, ਮੈਂ ਸ਼ਾਇਦ ਸਹੀ ਵੀ ਹੋਊਂਗੀ ਨਾ, ਮੈਂ ਵੀ ਅੱਜ ਫਿਰ ਗਾ ਕੇ ਥੋੜਾ ਜਿਹਾ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ। ਮੇਰਾ ਨਾ ਗੁਜਰੀ ਮੇਰੀ ਅਲ ਗੁਜਰੀ, ਗੁਜਰੀ ਮੈਨੂੰ ਲੋਕੀ ਤਾਈਓ ਆਖਦੇ ਨੇ, ਜਿਹੜੀ ਆਈ ਉਹ ਮੇਰੇ ਸਿਰ ਤੇ ਚੱਲ ਗੁਜਰੀ, ਪਹਿਲਾਂ ਪਤੀ ਦਿੱਤਾ ਫਿਰ ਪੋਤੇ ਦਿੱਤੇ, ਆ ਹੁਣ ਮੌਤ ਕਹਿੰਦੀ ਚੱਲ ਗੁਜਰੀ, ਗੁਜਰੀ ਲੋਕੀ ਮੈਨੂੰ ਤਾਈਓ ਆਖਦੇ ਨੇ, ਜਿਹੜੀ ਆਈ ਸੀ ਉਹ ਮੈਂ ਸਿਰ ਤੇ ਚੱਲ ਗੁਜਰੀ। ਕਿਉਂਕਿ ਉਹਨਾਂ ਦਾ ਨਾਮ ਜਿਹੜਾ ਸੀ ਨਾ, ਉਹਦੇ ਤੇ ਉਹਨਾਂ ਨੇ ਕਿਹਾ ਹੈਗਾ ਕਿ ਉਹਨਾਂ ਨੇ ਦੇਖੋ ਸਾਰਾ ਕੁਛ ਆਪਣੇ ਸਿਰ ਤੇ ਚੱਲਿਆ, ਪਹਿਲਾਂ ਪਤੀ ਦਿੱਤਾ, ਫਿਰ ਪੋਤਰੇ ਚਲੇ ਗਏ, ਫਿਰ ਉਹਨਾਂ ਨੇ ਆਪਣਾ ਆਪ ਕੁਰਬਾਨ ਕੀਤਾ। ਅਸੀਂ ਇੱਥੇ ਮਾੜੀ ਜਿਹੀ ਬਰਫ਼ ਵੀ ਪੈਂਦੀ ਆ ਜਾਂ ਹੁਣ ਠੰਡ ਹੋਈ ਹੈ, ਤਾਂ ਕਿੰਨਾ ਅਸੀਂ ਤੜਫਦੇ ਹਾਂ, ਕਹਿੰਦੇ ਹਾਂ ਹਾਏ ਠੰਡ, ਹਾਏ ਠੰਡ। ਤੁਸੀਂ ਉਹ ਦੇਖੋ ਠੰਡੇ ਬੁਰਜ ਵਿੱਚ ਬੈਠ ਕੇ ਜਦੋਂ, ਤੇ ਮਾਤਾ ਗੁਜਰੀ ਨੇ ਜਦੋਂ ਕਿਹਾ ਸੀ ਨਾ ਬੱਚਿਆਂ ਨੂੰ, ਛੋਟਿਆਂ ਨੂੰ, ਆਪਣੇ ਪਿਤਾ ਨੂੰ, ਜਦੋਂ ਤੁਸੀਂ ਸੂਬੇ ਦੀ ਕਚਹਿਰੀ 'ਚ ਜਾਣਾ ਨਾ, ਆਪਣੇ ਪਿਤਾ ਵੱਲ ਧਿਆਨ ਦੇਈਓ।
ਕਹਿੰਦੇ ਆ ਨਾਲੇ ਦਾਦੇ ਵੱਲ ਰੱਖੀ ਉਹ ਖਿਆਲ, ਕਹਿੰਦੇ ਮੇਰੇ ਲਾਡਲੇ ਲਾਲ ਦੇ ਲਾਲ। ਉਹ ਸਮਝਾਉਂਦੇ ਸੀ ਕਿ ਤੁਹਾਡੇ ਦਾਦੇ ਨੇ ਧਰਮ ਦੀ ਧਰਮ ਨੂੰ ਬਚਾਉਣ ਦੀ ਖਾਤਰ ਆਪਣਾ ਸੀਸ ਬਲੀਦਾਨ ਕੀਤਾ। ਜਦੋਂ ਸੂਬੇ ਦੀ ਕਚਹਿਰੀ 'ਚ ਵੀ ਗਿਆ, ਨਵਾਬ ਨੇ ਅੱਗੋਂ ਦੇਖਿਆ ਗੁਰੂ ਬੱਚਿਆਂ ਨੇ ਚਿੱਟੇ ਕੱਪੜੇ ਪਾਏ ਆ, ਉੱਪਰੋਂ ਦੀ ਉਹਨਾਂ ਨੇ ਕਿਰਪਾਨਾਂ ਪਾਈਆਂ, ਉਹ ਖੁਸ਼ ਹੋ ਗਿਆ। ਕਹਿੰਦਾ ਤੁਸੀਂ ਤਾਂ ਬਹੁਤ ਸੋਹਣੇ ਦਿਖਦੇ ਆ, ਤੁਸੀਂ ਬਹੁਤ ਸੋਹਣੇ ਲੱਗਦੇ ਆ, ਜੇ ਤੁਸੀਂ ਆਪਣਾ ਧਰਮ ਬਦਲ ਕੇ ਸਾਡੇ ਵੱਲ ਆ ਜਾਓ ਹੈ ਨਾ, ਤੇ ਅਸੀਂ ਤੁਹਾਨੂੰ ਹੀਰੇ ਜਵਾਹਰਾਤ ਸਾਰਾ ਕੁਛ ਦੇ। ਕੀ ਉਮਰ ਆ, 7-9 ਸਾਲ ਦੀ? ਨਹੀਂ ਤਾਂ ਅੱਜ ਕੱਲ ਦੇ ਬੱਚੇ ਨੂੰ ਤੁਸੀਂ ਚੋਕਲੇਟ ਦਾ ਮਾੜਾ ਜਿਹਾ ਦੇ ਕਰੋ ਨਾ ਲਾਲਚ ਦੀ, ਉਹ ਤੁਹਾਡੇ ਨਾਲ ਤੁਰ ਪੈਂਦਾ। ਕੀ ਬੱਚਿਆਂ ਦੀ ਉਮਰ, ਉਹਨਾਂ ਦੇ ਦਿਮਾਗ ਦੇ ਵਿੱਚ ਮਨਾਂ ਦੇ ਵਿੱਚ ਇੱਕ ਚੀਜ਼ ਬਿਠਾਈ ਸੀ ਕਿ ਤੁਸੀਂ ਆਪਣੇ ਧਰਮ ਦੇ ਉੱਤੇ ਪੱਕੇ ਰਹਿਣਾ। ਤੁਹਾਡੇ ਤੁਹਾਡੇ ਦਾਦੇ ਨੇ ਬਲੀਦਾਨ ਦਿੱਤਾ, ਤੁਹਾਡੇ ਉਦੋਂ ਪਿਓ ਦੀ ਉਮਰ 9 ਸਾਲ ਸੀ, ਉਹਨੇ ਆਪ ਆਪਣੇ ਹੱਥੀਂ ਆਪਣੇ ਪਿਓ ਨੂੰ ਤੋਰਿਆ ਸੀ। ਉਸ ਦਿਮਾਗ ਵਿੱਚ ਰੱਖ ਕੇ ਤੇ ਜਦੋਂ ਨਵਾਬ ਨੇ ਕਿਹਾ ਨਾ ਕਿ ਤੁਸੀਂ ਆਪਣਾ ਧਰਮ ਬਦਲ ਲਓ, ਤੇ ਬੱਚਿਆਂ ਨੇ ਕਿਹਾ ਕਿ ਅਸੀਂ ਆਪਣੇ ਧਰਮ ਦੇ ਨਾਲ ਖੁਸ਼ ਹਾਂ, ਅਸੀਂ ਤੁਹਾਡਾ ਧਰਮ ਨਹੀਂ ਅਸੀਂ ਲੈਣਾ, ਅਸੀਂ ਆਪਣੇ ਧਰਮ 'ਚ ਰਹਿਣਾ ਆ। ਉਹਨਾਂ ਨੇ ਫਿਰ ਕੀ ਕਿਹਾ, ਤੁਹਾਡਾ ਪਿਓ ਜਿਹੜਾ ਹੈਗਾ ਆ ਉਹਨੂੰ ਅਸੀਂ ਕੈਦ ਕਰ ਲਿਆ, ਅਸੀਂ ਆਹ ਕੀਤਾ, ਝੂਠ ਜੋ ਉਹਨਾਂ ਨੇ ਝੂਠ ਬੋਲ ਸਕਣੇ ਸੀ ਬੋਲੇ। ਉਹ ਕਹਿੰਦੇ ਤੁਹਾਡਾ ਪਿਓ ਨਹੀਂ ਰਿਹਾ ਹੈਗਾ, ਇਸ ਕਰਕੇ ਹੁਣ ਤੁਹਾਡੇ ਕੋਲ ਕੋਈ ਹੋਰ ਹਿੱਲਾ ਨਹੀਂ ਹੈਗਾ, ਤੁਸੀਂ ਸਾਡੇ ਧਰਮ 'ਚ। ਪਰ ਬੱਚਿਆਂ ਨੇ ਕਿਹਾ ਕਿ ਅਸੀਂ ਆਪਣੇ ਧਰਮ ਦੇ ਵਿੱਚ ਹੀ ਖੁਸ਼ ਹਾਂ, ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜੀ ਮਾਂ ਆ ਨਾ, ਮਾਂ ਸਭ ਤੋਂ ਵੱਡਾ ਗੋਰੇ ਆ ਬੱਚੇ ਦਾ, ਜਿਹੜੀ ਬੱਚੇ ਨੂੰ ਚੰਗੇ ਪਾਸੇ ਲਾਉਂਦੀ ਆ। ਪਰ ਮੈਂ ਕਹਿੰਦੀ ਹਾਂ ਜੇ ਪਿਓ ਘਰ ਬੈਠ ਕੇ ਸ਼ਰਾਬ ਪੀਵੇ, ਬੱਚੇ ਨੇ ਸਿੱਧਾ ਪਿਓ ਵੱਲ ਹੀ ਜਾਣਾ ਆ। ਉਹਨੇ ਇਹ ਨਹੀਂ ਕਹਿਣਾ ਮੇਰੀ ਮਾਂ ਜੋ ਸਮਝਾਉਂਦੀ ਪਈ ਆ ਮੈਂ ਉਹਦੇ ਤੇ ਚੱਲਾਂ, ਉਹਨੇ ਕਹਿਣਾ ਮੇਰਾ ਪਿਓ ਸ਼ਰਾਬ ਪੀਂਦਾ, ਪਿਓ ਨੇ ਕੇਸ ਨਹੀਂ ਰੱਖੇ, ਦਾੜੀ ਨਹੀਂ ਰੱਖੀ, ਤੇ ਮੈਂ ਕਾਹਤੋਂ ਇਹ ਪਤਾ ਨਹੀਂ ਇਹਦੇ 'ਚ ਕੀ ਆਨੰਦ ਹੋਣਾ ਇਸ ਜ਼ਿੰਦਗੀ 'ਚ। ਆਪਾਂ ਇਕੱਲੀ ਮਾਂ ਨੂੰ ਨਹੀਂ ਕਹਿ ਸਕਦੇ, ਇਹਦੇ ਵਿੱਚ ਕੀ ਆ, ਬੱਚੇ ਦਾ ਓਨਾ ਹੱਕ ਜਿੰਨਾ ਹੱਕ ਮਾਂ ਕਰਦੀ ਹੈ ਨਾ ਪੂਰਾ, ਓਨਾ ਪਿਓ ਦਾ ਵੀ ਕਰਦਾ। ਇਸ ਕਰਕੇ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਗੁਰਸਿੱਖੀ ਪਰਿਵਾਰ ਲਿਜਾਣ ਵਾਸਤੇ ਸਭ ਤੋਂ ਪਹਿਲਾਂ ਮਾਂ ਤੇ ਬਾਪ ਦੋਨਾਂ ਦਾ ਪਹਿਲਾਂ ਹੱਕ ਆ। ਜੇ ਅਸੀਂ ਕਹਿ ਦਈਏ ਨਾ ਸਾਡੇ ਬੱਚੇ ਅੱਜ ਪਤਿਤ ਹੁੰਦੇ ਜਾਂਦੇ ਆ, ਪਰ ਜੇ ਅਸੀਂ ਦੇਖੀਏ ਕਿਉਂ, ਕਾਰਨ ਲੱਭੀਏ, ਕਾਰਨ ਕੀ ਆ, ਸਾਡਾ ਆਪਣੀ ਅਸੀਂ ਬੱਚਿਆਂ ਨੂੰ ਅਵੇਅਰ ਕਰਦੇ ਪਏ ਹਾਂ, ਸਾਡੇ ਕੋਲ ਬੱਚਿਆਂ ਲਈ ਟਾਈਮ ਨਹੀਂ ਹੈਗਾ। ਜੇ ਅਸੀਂ ਨਾਈਟ ਸ਼ਿਫਟਾਂ ਲਾਉਂਦੇ ਹਾਂ, ਪਤਾ ਡੇ ਸ਼ਿਫਟਾਂ ਲਾਉਂਦੇ, ਪਰ ਸਾਡੇ ਬੱਚੇ ਸਾਡੇ ਹੱਥਾਂ ਤੋਂ ਫਿਰ ਜਾ ਰਹੇ ਆ। ਜੇ ਸਾਡੇ ਬੱਚਿਆਂ ਨੂੰ ਅਸੀਂ ਟਾਈਮ ਦੇਵਾਂਗੇ ਤੇ ਹੋ ਸਕਦਾ ਆ ਕਿ ਅਗਾਂਹ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਿੱਖੀ ਦੀਆਂ ਜਿਹੜੀਆਂ ਜੜ੍ਹਾਂ ਆ ਉਹ ਮਜ਼ਬੂਤ ਹੋਣਗੀਆਂ, ਤੇ ਸਾਡੇ ਬੱਚੇ ਜਿਹੜੇ ਬਦਾਵਾ ਦੇ ਰਹੇ ਆ, ਭਾਈ ਸਾਹਿਬ ਦੇ ਕਹਿਣ ਵਾਂਗੂ ਬੱਚੇ ਬਦਾਵਾ ਦੇ ਰਹੇ ਆ, ਬਦਾਵਾ ਪਾੜ ਕੇ ਦਿੰਦੇ ਪਏ, ਬਦਾਵਾ ਦੇ ਰਹੇ ਹੈਗੇ ਸਿੱਖੀ ਨੂੰ, ਕਹਿ ਰਹੇ ਆ ਕਿ ਅਸੀਂ ਸਿੱਖ ਨਹੀਂ ਹੈਗੇ। ਉਹ ਸਾਡਾ ਫਿਰ ਜਿਹੜਾ ਹੈਗਾ ਨਾ, ਜੇ ਸਾਡੇ ਮਾਂ ਬਾਪ ਜਿਹੜੇ ਹੈਗੇ ਆ, ਅੱਜ ਅਸੀਂ ਜਿੱਥੇ ਬੈਠੇ ਹਾਂ ਨਾ, ਸਾਡੇ ਮਾਂ ਬਾਪ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ, ਉਹਨਾਂ ਦੀਆਂ ਜਿਹੜੀਆਂ ਅਸੀਸਾਂ ਜਾਂ ਉਹਨਾਂ ਦੇ ਸੰਸਕਾਰ ਆ। ਮੈਨੂੰ ਭੈਣ ਜੀ ਰਵਿੰਦਰ, ਮੈਨੂੰ ਇੱਕ ਗੱਲ ਯਾਦ ਆ, ਮੈਂ ਅਸੀਂ ਗੁਰਦੁਆਰੇ ਜਾਂਦੇ ਸੀ, ਅਸੀਂ 2 ਵਾਰੀ ਜਾਣਾ, ਤੇ ਇੱਕ ਦਿਨ ਮੈਂ ਰਾਤ ਨੂੰ ਜਦੋਂ ਸ਼ਾਮ ਕੁ ਵੇਲੇ ਨਾ ਸੁਖਮਨੀ ਸਾਹਿਬ ਦਾ ਪਾਠ ਹੋਇਆ ਤੇ ਮੈਂ ਜਾ ਕੇ ਆ ਗਈ। ਰਾਤ ਨੂੰ ਮੇਰੇ ਡੈਡ ਆਏ, ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਕਿ ਤੂੰ ਗੁਰਦੁਆਰੇ ਨਹੀਂ ਜਾਣਾ? ਮੈਂ ਕਿਹਾ ਮੈਂ ਸ਼ਾਮੀ ਜਾ ਆਉਂਦਾ। ਮੈਨੂੰ ਉਹਨਾਂ ਨੇ ਬੜਾ ਸੋਹਣਾ ਕੁਐਸਚਨ ਪੁੱਛਿਆ, ਕਹਿੰਦੇ ਰੋਟੀ ਕਿੰਨੇ ਟਾਈਮ ਖਾਂਦੇ ਆ ਤੁਸੀਂ? ਮੈਂ ਕਿਹਾ 3 ਟਾਈਮ ਖਾਧੀ, ਸਵੇਰੇ ਦੁਪਹਿਰੇ ਤੇ ਰਾਤ ਨੂੰ। ਤੇ ਕਹਿੰਦੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਤੁਸੀਂ ਸਿਰਫ 2 ਟਾਈਮ ਜਾ ਰਹੇ, ਤੁਸੀਂ 3 ਟਾਈਮ ਨਹੀਂ ਜਾ ਸਕਦੇ? ਉਹ ਦਿਮਾਗ ਤੇ ਗੱਲ ਬੰਨ ਲਈ ਕਿ ਆਪਾਂ ਕਹਿੰਦੇ ਹਾਂ ਘਰ ਬੈਠ ਕੇ ਮਨ ਵਿੱਚ ਸਿਮਰਨ ਕਰ ਲਓ, ਪਾਠ ਕਰ ਲਓ, ਨਹੀਂ, ਪਰ ਕਹਿੰਦੇ ਗੁਰਦੁਆਰੇ ਜਾ ਕੇ ਸੋਚੀ ਪਾਏ ਸੀ। ਠੀਕ ਹੈ ਨਾ? ਬਸ ਮੈਂ ਇੰਨਾ ਕੁਛ ਕਹਿੰਦੀ ਹੋਈ, ਮੈਂ ਜਿਹੜੇ ਆਪਾਂ ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ, ਬਾਬਾ ਜੀਵਨ ਸਿੰਘ ਹੋਣੀ ਤੇ ਬਾਬਾ ਠਾਕੁਰ ਸਿੰਘ ਹੋਣੀ, ਦਮਦਮੀ ਸਾਹਿਬ ਵਾਲੇ ਜਿਹੜੇ ਬ੍ਰਹਮ ਗਿਆਨੀ ਆ, ਉਹਨਾਂ ਦੇ ਜਿਹੜੇ ਦਿਹਾੜੇ ਮਨਾਉਣੇ ਪਏ, ਤੇ ਹੋਰ ਸ਼ਹੀਦਾਂ ਨੂੰ ਮੈਂ ਆਪਣੇ ਵੱਲੋਂ ਸ਼ਰਧਾਂਜਲੀ ਭੇਟ ਕਰਦੀ ਹਾਂ ਤੇ ਕੋਟਨਕੋਟ ਪ੍ਰਣਾਮ ਕਰਦੀ ਹਾਂ। ਤੇ ਅਸੀਂ ਮੈਂ ਆਪਣੇ ਵੱਲੋਂ ਸੱਚੇਦਾਸ ਗੁਰਿੰਦਰ ਕੌਰ ਅਰਦਾਸ ਕਰਦੀ ਹਾਂ ਕਿ ਸੱਚੇ ਪਾਤਸ਼ਾਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਪੂਰਨਿਆਂ ਤੇ ਚੱਲੀਏ, ਦੱਸੇ ਹੋਏ ਰਸਤੇ ਤੇ ਚੱਲੀਏ, ਪਰ ਉਸਦੀ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਨਾਲ ਚਾਹੀਦੀ ਤੇ ਸਾਡੇ 'ਤੇ ਉਹ ਕਿਰਪਾ ਕਰੇ, ਤੇ ਅਸੀਂ ਇਸੇ ਤਰ੍ਹਾਂ ਹੀ ਆਪਣੇ ਜੀਵਨ ਨੂੰ ਹੋਰ ਉੱਚਾ ਤੇ ਸੁੱਚਾ ਕਰੀਏ, ਨਾਮ ਬਾਣੀ ਤੇ ਬਾਣੇ ਦੇ ਧਾਰਨੇ ਬਣੀਏ।
ਔਰਰਾਈਟ ਦੈਨ ਆਈ ਥਿੰਕ ਫੋਨ ਕਾਲ ਜਿਹੜੀ ਹੈ ਉਹ ਡਿਸਕਨੈਕਟ ਹੋ ਗਈ ਕਿਉਂਕਿ ਕਾਲ ਜਿਹੜੀ ਸੀ ਕਾਫੀ ਦੂਰ ਤੋਂ ਸੀਗੀ ਬਾਹਰ ਦੀ ਕਾਲ ਸੀਗੀ ਸੋ ਆਪ ਜੀ ਤੋਂ ਅਸੀਂ ਮਾਫੀ ਚਾਹੁੰਦੇ ਹਾਂ ਅਤੇ ਅੱਜ ਦਾ ਪ੍ਰੋਗਰਾਮ ਉਮੀਦ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਹੀ ਪਸੰਦ ਕੀਤਾ ਹੋਵੇਗਾ ਪ੍ਰੋਗਰਾਮ ਕਰਦੇ ਹਾਂ ਮੇਰੇ ਕੋਲੋਂ ਜਾਂ ਭੈਣ ਜੀ ਉਹਨਾਂ ਕੋਲੋਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਆਪ ਸਾਰੇ ਜਣਿਆਂ ਤੋਂ ਅਸੀਂ ਇਸ ਗੱਲ ਲਈ ਮਾਫੀ ਚਾਹੁੰਦੇ ਹਾਂ ਅਤੇ ਅੱਜ ਦਾ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਇੱਥੇ ਹੀ ਫਿਨਿਸ਼ ਹੋ ਰਿਹਾ ਹੈ ਸੋ ਮੈਨੂੰ ਭੈਣ ਜੀ ਅਮਰਜੀਤ ਕੌਰ ਰਾਣਾ ਅਤੇ ਭੈਣ ਜੀ ਗੁਰਵਿੰਦਰ ਕੌਰ ਜੀ ਉਹਨਾਂ ਨੂੰ ਹੁਣ ਦਿਓ ਇਜਾਜ਼ਤ ਅਤੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ